ਲੈ ਵੀ ਮੈਂ ਤੇਰਾ ਟੋਚਣ ਵਾਲਾ ਕੰਮ ਕਰਨ ਲੱਗਿਆ ਸੀ। ਉਹ ਤੁਹਾਡੀ ਭੈਣ ਚੱਲ ਆਪਣੇ ਰਿਸ਼ਤੇਦਾਰ ਆ ਨਾ ਜਿਹੜੇ ਗਾਂ ਦੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਓ ਵੀ ਮਿੱਤਰੋ। ਅੱਜ ਦੇ ਦਿਨ ਦੀ ਅੱਜ ਦੇ ਵਲੋਗ ਦੀ ਸ਼ੁਰੂਆਤ ਆਪਾਂ ਕਰਤੀ ਹੈ ਅਤੇ ਸ਼ੁਰੂਆਤ ਕੀਤੀ 11 ਵਜੇ ਵਲੋਗ ਸਟਾਰਟ ਕੀਤਾ ਅਤੇ ਸਟਾਰਟ ਕਰਦੇ ਸਾਡੇ ਮੱਥੇ 'ਚ ਮਰੇ ਸਰਪੰਚਾਂ ਨੂੰ ਲਿਆ ਕੇ ਤੇਰਾ ਭਲਾ ਕੀਤਾ ਕੁਛ ਨਹੀਂ ਹੋਣਾ ਸੱਤ ਉੱਠ ਗਏ ਨੇ ਝੂੜੀ ਬੋਲਤਾ ਜੀ ਜਾ ਗਈ ਪਤਲਾ ਤਾਂ ਹੁਣੀ ਉਹਨਾਂ ਤੋਂ ਬਾਅਦ ਹੈ ਮੈਂ ਦੱਸਦੀ ਹਾਂ ਕਿ ਮੈਂ ਤਾਂ ਆਪ ਉੱਠਿਆ ਸੀ 8:30 ਵਜੇ ਉੱਠ ਪਿਆ ਸੀ ਨਾਲਾ ਸਾ ਕੇ ਬਾਅਦ 10 ਵਜੇ ਫੋਨ ਚਲਾਇਆ ਵਰਨਾ ਚਾਬੀ ਨੀ ਲੱਭੀ ਮੈਨੂੰ ਫਿਰ ਮੈਂ ਚਾਹ ਨੀ ਮਾਣੀ ਪੂ ਪੀਣੀ ਜੀ ਤੁਸੀਂ ਪੀਓ ਜੇ ਫਿਰ ਮੈਂ ਵੇਟ ਕੀਤੀ ਹਰਮਾ ਨੂੰ ਕੀਤਾ ਫੋਨ ਕਹਿੰਦਾ ਚੱਲ ਮੈਂ ਆ ਗਿਆ 5 ਮਿੰਟ ਤੱਕ ਚਲੋ ਉਹ ਆ ਗਿਆ ਦਸਾਂ ਮਿੰਟ ਤੱਕ ਹਨਾ ਤੇ ਫਿਰ ਮੈਂ ਗੱਡੀ ਚੱਕੀ ਹਰਮਨ ਘਰੋਂ ਫਿਰ ਮੈਂ ਆਪਣੇ ਘਰੇ ਆਇਆ ਇੱਥੇ ਵੇਖਿਆ ਤੇ ਇੱਧਰ ਅੱਜ ਰੌਣਕ ਲੱਗੀ ਪਈ ਕਿਤੇ ਓਏ ਹੋਏ ਹੋਏ ਕਾਹਨੂੰ ਗੱਲਾਂ ਹੀ ਆ ਪਈਆਂ ਕਿ ਮੈਂ ਨਾ ਰੌਲਾ ਰੱਪਾ ਫੁੱਲ ਚੜਾ ਮਿਸਤਰੀਆਂ ਲਓ ਮੈਂ ਲਾਲ ਲਾਲਾ ਹੋਈ ਪਈ ਆ ਤੇ ਮੈਂ ਖਾਣਾ ਤੁਹਾਨੂੰ ਬਾਹਰ ਦਾ ਮਾਹੌਲ ਚੱਲ ਇੱਕ ਨਾ ਮੈਂ ਓਟਸ ਖਾ ਕੇ ਨਹਾ ਧੋ ਲਵਾਂ ਗੁਰੂ ਮਹਾਰਾਜ ਦਾ ਪਾਠ ਕਰ ਲਈਏ ਉਹ ਤੋਂ ਬਾਅਦ ਫਿਰ ਹੁੰਦੇ ਹਾਂ ਪਾਸੇ ਅੱਜ ਦਾ ਟੋਚਣ ਵਾਲਾ ਵਲੋਗ ਵੀ ਬਣਾਉਣਾ ਆਪਾਂ ਅੱਜ ਪੱਕਾ ਬਣਾਉਂਗੇ ਜੋ ਮਰਜ਼ੀ ਹੈ ਜੀ ਅੱਜ ਕੋਈ ਕੰਮ ਨਾ ਨਿਕਲਿਆ ਸਾਨੂੰ ਉਹ ਜਿਹਾ ਅੱਜ ਸਵੇਰ ਟੋਚਣ ਵਾਲਾ ਵਲੋਗ ਬਣਾਉਣਾ ਹੀ ਆਪਾਂ ਜੇ ਤਾਂ ਮੋਲੀ ਵਾਲੀ ਗੱਡੀ ਆ ਗਈ ਠੀਕ ਹੈ ਨਹੀਂ ਤਾਂ ਫਿਰ ਟਰੈਕਟਰ ਨਾਲ ਬੁੱਕਾਂਗੇ ਤੇਰੇ ਟਰੈਕਟਰ ਦਾ ਟਰਬੋ ਚੈੱਕ ਕਰਾਂਗੇ ਅੱਜ ਦੇ ਟਰੈਕਟਰ ਦੀ ਨਾ ਟਰਬੋ ਚੈੱਕ ਕਰਨੀ ਆ ਪਰ ਕਰਨੀ ਰੋਡ ਤੇ ਪਏ ਤੇ ਪਹਿਲੀ ਰੋਡ ਤੇ ਨਾ ਪਈ ਹੈ ਨਹੀਂ ਨਹੀਂ ਪਹਿਲੀ ਜੀ ਤੇ ਭਾਈ ਤੂੰ ਖਿੱਚ ਕੇ ਲੈ ਜਾਓਗੇ ਨਾ ਨਾ ਪਿਆ ਪਏ ਤੇ ਹੈਗਾ ਆਪਣਾ ਵੇਖੀ ਪਿਆ ਆਪਾਂ ਦੁਬਾਰਾ ਬਣਾਉਣਾ ਹੈਗਾ ਪੁੱਟੇ ਜੋ ਕੋਈ ਗੱਲ ਨਹੀਂ ਹੈ ਲੈ ਆਈ ਮਿੱਤਰਾ ਆ ਜਾਓ ਫਿਰ ਫੇਰ ਪੂਜਾ ਕਰੀਏ ਪਹਿਲਾਂ ਹਾਂ ਕੋਕੋ ਪਰੇ ਚੱਲ ਜਾ ਤੇਰਾ ਨਾਮ ਕੋਕੋ ਨਹੀਂ ਸਾਲਿਆ ਉਹ ਵੱਡਾ ਵਾ ਥੋੜਾ ਜਿਹਾ ਉਹ ਆਪਣਾ ਬੁਲਡੌਗ ਹੋਰ ਫਿਰ ਦੋਜੀ ਆ ਠੀਕ ਠਾਕ ਆ ਅੱਜ ਤੂੰ ਨੀ ਮਾਰਿਆ ਬੰਕ ਸਕੂਲੋਂ ਮਜਾ ਨਾਲਾ ਬੂ ਹੋਰ ਕੱਲ ਕਿੱਥੇ ਲੋਹੜੀ ਦੀ ਗੱਲ ਕਰ ਤੂੰ ਅੱਛਾ ਪਰਸੋਂ ਨਾ ਲਿਆ ਫਿਰ ਤੇ ਜਾਓ ਲਿਆ ਕੇ ਦੋ ਉਹਨਾਂ ਨੂੰ ਲੈਂਟਰ ਵਾਲੇ ਮੁੰਡੇ ਨੂੰ ਯਾਰ ਉਹਨਾਂ ਨੂੰ ਮੂੰਹ ਮਿੱਠਾ ਕਰਾਓ ਲੈਂਟਰ ਭਾਵੇਂ ਪਰਸੋਂ ਬਣਾ ਜੋ ਉਹਨਾਂ ਨੇ ਜਾ ਓਏ ਮੰਨਿਆ ਮੇਰੀ ਗੱਲ ਸੁਣ ਉਹ ਕੀ ਕਹਿਣ ਦੇ ਭਲਾ ਕੀ ਕਰਨਾ ਕਰ ਤੂੰ ਚਾਹੀਦਾ ਵਾ ਸਮਾਨ ਕਹਿੰਦੇ ਛੱਡਰੀ ਉਹ ਲੱਗੀ ਨਾ ਦੂਜੇ ਜਾਲ ਬੰਨਦੇ ਨੇ ਹਾਂ ਜਾਲ ਬੰਨਦੇ ਇੱਕ ਕੁੜੀ ਹੋਵੇ ਨਾ ਤੇ ਸਾਰੇ ਕੁੜੀ ਹੋਵੇ ਨਾ ਆ ਇੱਕ ਆ ਦੋ ਚਿੱਤਰਾ ਖੁਰਕ ਕੇ ਤੇ ਮੂੰਹ ਨਾਲ ਸਲਾੜਾ ਸਰਪੰਚ ਨੇ ਤੇ ਵੇਲਾ ਕੁੜੀ ਆ ਕੋ ਨਹੀਂ ਯਾਰ ਹਾਂ ਗਰਮ ਕਰਕੇ ਨਾ ਪਾਣੀ ਦੀ ਤੇ ਚਾਣੀ ਪਾ ਕੇ ਤੇ ਨਾਲ ਬਿਸਕੁਟ ਦੇ ਨਾਲ ਡੋਰ ਖਾਈ ਜਾਣ ਮਿੱਠਾ ਹੀ ਆ ਨਹੀਂ ਨਹੀਂ ਮਾਮਾ ਉਹਨਾਂ ਦੇ ਸਿਰ ਤੇ ਸਾਰੀ ਗੱਲ ਜੇ ਬਾਜਾ ਖਬਰਾਂ ਵੇਖੀਆਂ ਹੋਈਆਂ ਸਹੀ ਗੱਲ ਇੰਨਾ ਭਾਰ ਲੈਂਟਰ ਆ ਡੇ ਪਿਆ ਨਹੀਂ ਆਪਾਂ ਤੇ ਪਿੱਲਰ ਉੜੇ ਪਾਏ ਪਿੱਲਰਾਂ ਦੀ ਨਹੀਂ ਗੱਲ ਹੁੰਦੀ ਗੱਲ ਛੱਡ ਨਹੀਂ ਦੀ ਸਾਰੀ ਇੱਕ ਅੱਧੀ ਕੁੜੀ ਇਧਰ ਤੋਂ ਗਈ ਨਾ ਪਲੇਟ ਇਹ ਸਭ ਤੋਂ ਰਿਸਕੀ ਕੰਮ ਲੱਗਾ ਮੈਨੂੰ ਸਹੀ ਗੱਲ ਦੱਸਾਂ ਚਲੀ ਮੰਨਿਆ ਪਾਣੀ ਵਾਲੇ ਪੈਸੇ ਦੇ ਉਹਨੇ ਕੋਲੇ ਦੇ ਹੈ ਜਾ ਪਾਣੀ ਕਰੀ ਮੜਾ ਟੱਬ 'ਚ ਪਾਈ ਚੱਲੀਏ ਫਿਰ ਇੱਧਰ ਜ਼ੋਰ ਨਹੀਂ ਨਾ ਥੰਮਿਆ ਰਹਿਣ ਡਿਆ ਇੱਧਰ ਤੈਨੂੰ ਕੰਮ ਦਵਾਂ ਇੱਕ ਠੰਡ ਬੜੀ ਆ ਨਾ ਮਿਸਤਰੀ ਕੋਲ ਲੱਗੂ ਮੈਂ ਆਪਣੇ ਲਾਵਾਂ ਮੈਨੂੰ ਉਹਨਾਂ ਹੱਥ ਨਾਲ ਜਾਂ ਜ਼ੋਰ ਨਹੀਂ ਥੰਮਿਆ ਰਹਿਣ ਡਿਆ ਹੈ ਦੱਸਦਾ ਨਹੀਂ ਵੇਖੀ ਹਾਂ 5 ਮਿੰਟ ਨਾਲੇ ਸਾਰੇ 5 ਮਿੰਟ ਤੂੰ ਕਰਨ ਨਾਲੇ ਮੈਂ ਨਾ ਨਾ ਮੈਂ ਕਹਿੰਦਾ ਹੈ ਨਾਲੇ 5 ਮਿੰਟ ਤੂੰ ਕਰਨ ਨਾਲੇ ਮੈਂ
ਗੁਰੂ ਮਹਾਰਾਜ ਦਾ ਪਾਠ ਕਰ ਲਿਆ ਜੀ ਤੇ ਹੁਣ ਚਲੀਏ ਬਾਹਰ ਨੂੰ ਛਕੀਏ ਪ੍ਰਸ਼ਾਦਾ ਪਾਣੀ ਹੈ ਤੇ ਨਾਲੇ ਤੁਹਾਨੂੰ ਵਿਖਾਵਾਂ ਬੜੇ ਦਿਨਾਂ ਦੇ ਕਮੈਂਟ ਆਉਣ ਡੇ ਸੀ ਕਹਿੰਦੇ ਕਿ ਬਾਈ ਘਰ ਦਾ ਕੰਮ ਕਿੱਥੋਂ ਕੁ ਪਹੁੰਚਿਆ ਘਰ ਦਾ ਕੰਮ ਤਾਂ ਜਾਣ ਮੇਰੀ ਪਰਲੇ ਪਾਸੇ ਫਿਲਹਾਲ ਬੰਦ ਹੀ ਕੀਤਾ ਸੀ ਅਤੇ ਉਰਲੇ ਪਾਸੇ ਅੱਜ ਲੈਂਟਰ ਪੈਣਾ ਅੱਜ ਨਹੀਂ ਮਤਲਬ ਕਿ ਪੈਣਾ ਅੱਜ ਤਾਂ ਸ਼ਟਰਿੰਗ ਸ਼ੂਟਿੰਗ ਕਰ ਦੇਣੀ ਓਕੇ ਬੰਦਿਆਂ ਨੇ ਕੱਲ੍ਹ ਸ਼ਾਮ ਤੱਕ ਸ਼ਟਰਿੰਗ ਓਕੇ ਹੋ ਜੂਗੀ ਪਰਸੋਂ ਪਾਵਾਂਗਾ ਲੈਂਟਰ ਆ ਜਾਓ ਹੋਰ ਵੇਖੀਏ ਮਾਹੌਲ ਚੱਲਦਾ ਹਾਂ ਲੈ ਜੀ ਸਮਾਨ ਆਪਾਂ ਜਾਣੇ ਜਾਣਾ ਅਜੇ ਖਾਣ ਪੀਣ ਦੀ ਡਾਈਟ ਡੂਟੇ ਦਾ ਸਮਾਨ ਲੈ ਕੇ ਜੀ ਸਾਰਾ ਯਾਰ ਹਾਂ ਪਰ ਤੁਹਾਨੂੰ ਚਲੋ ਕੋਈ ਨਹੀਂ ਖੋਲਦਾ ਮੇਰੇ ਬਿਨਾਂ ਕੁੜੀ ਹੋਇਆ ਵਿਹਲਾ ਫਿਰ ਹੈਂ ਦੱਸਦਾ ਨਹੀਂ ਗੇਟ ਵੱਜਾ ਕਾਲੇ ਬਾਹਰਲਾ ਗੇਟ ਵੱਜਾ ਨਾ ਚਲਾ ਤੈਨੂੰ ਖੋਲਾ ਵੱਜਾ ਮੇਰਾ ਪੁੱਤ ਖਲੋ ਜਾ ਖਲੋ ਜਾ ਸਲਾਹ ਕਰ ਹੁਣ ਫਿਰ ਹੁਣ ਸਲਾਹ ਕਰ ਫਿਰ ਹੁਣ ਵੇਖੀ ਪ੍ਰਧਾਨ ਨਹੀਂ ਗੋਲੀ ਹੁੰਦੇ ਚਲਾ ਜਾ ਹੁਣ ਹੈਂ ਹੋਰ ਫਿਰ ਕਾਲੇ ਠੀਕ ਠਾਕ ਲੈ 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 ਜੇ ਪੁੱਤ ਮੇਰੇ ਕੱਪੜੇ ਲਪੇੜੇ ਨਾ ਹੁਣ ਫਿਰ ਵੇਖ ਲਈ ਨੂੰ ਲੈ 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 ਹਾਂ ਮੰਨੇ ਰੋਟੀ ਖਾਈਏ ਉੱਧਰ ਵੇ ਪੈ ਗਿਆ ਮੈਚ ਪੈ ਗਿਆ ਪੈ ਗਿਆ ਪੈ ਗਿਆ ਮੈਚ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਮੈਚ ਪੈ ਗਿਆ ਪੈ ਗਿਆ ਪੈ ਗਿਆ ਗੇਟ ਵੱਜੇ ਚੱਲ ਵੀ ਕੋਕੋ ਤੇਰੀਆਂ ਦੌੜਾਂ ਲੱਗਣ ਵਾਲੀਆਂ ਹੁਣ ਪੁੱਤ ਆਏ 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 ਲੈ ਟਿਲਵਾ ਓਏ ਉਧਰ ਵੇ ਉਧਰ ਵੇ ਪੁੱਛੀ ਵਜਿਆ ਕੁੜੀਆਂ ਉਹਨਾਂ ਆ ਆ ਗਏ ਆ ਗਏ ਆ ਗਏ ਆ ਗਏ ਸਾਰੇ ਗੇਟ ਵੱਜੇ ਕਿਤੇ ਨਹੀਂ ਜਾਣਾ ਹੁਣ ਇਹਨੇ ਕੋਕੋ ਆਏ ਨਾ ਜੀ ਸਰਪੰਚ ਦੇ ਕਾਬੂ ਨਾ ਜੀ ਕਿਤੇ ਹਾਏ ਹਾਏ ਹੁਣ ਪਊਗਾ ਮੈਚ ਚੱਲ ਪੁੱਤ ਆ ਜਾ ਫਿਰ ਉਧਰ ਹੁਣ ਕੁੰਡ ਫਸਣੇ ਜੀ ਕੁੰਡ ਧਿਆਨ ਨਾ ਮਾਮਾ ਕਿ ਬੱਲੀ ਬੁੱਲੀ ਚ ਨਾ ਵੱਜੇ ਕੁੜੀ ਵੀ ਪੈਂਥਰ ਆ ਜਾ ਤੁਹਾਡੀ ਭੈਣ ਕੋਕੋ ਨੇ ਚੰਗੀ ਦੌੜ ਲਾਈ ਕੋਕੋ ਆਇਆ ਆਇਆ ਭੱਜਿਆ ਪੁੱਤ ਭੱਜਿਆ ਪੈਂਥਰ ਤੇ ਕਾਬੂ ਨੀ ਆਇਆ ਜੀ ਤੁਹਾਡੀ ਭੈਣ ਕੁੜੀ ਚੰਗੀ ਰੌਣਕ ਲਾਈ ਆ ਕਾਲੇ ਫੜ ਲੈ ਕੁੱਤਾ ਆ ਪੈਂਥਰ ਤੇ ਉਹ ਬਾਲ ਡੇਬੇ ਕੁੜੀ ਆ ਵਾ ਕਾਲੇ ਛੱਡ ਦੇ ਕਾਲੇ ਛੱਡ ਦੇ ਇਹਨੂੰ ਛੱਡ ਦੇ ਇਹਨੂੰ ਕਹਿੰਦੇ ਉਹ ਵੀ ਇਸੇ ਵਾਲ ਆ ਕੋਈ ਦੰਦੀਆਂ ਆਉਣੀਆਂ ਵੜਦਾ ਸੀ ਹਾਂ ਆਜਾ ਆਜਾ ਪ੍ਰਧਾਨ ਆਜਾ ਕੁੜੀ ਆ ਬਾਲਾ ਦੁਆਲੇ ਹੁੰਦਾ ਉਹ ਪੈਂਥਰ ਕੋਲ ਅਸਲ ਚ ਭੱਜਿਆ ਨੀ ਜਾਂਦਾ ਉਹ ਬਾਲਟੇ ਬੁਲਟ ਕਿਉਂ ਭੱਜਦਾ ਫਿਰਦਾ ਸਾਲਾ ਥੱਕ ਗਏ ਹੁਣ ਫੜ ਲੈ ਯਾਰ ਥੱਕ ਗਏ ਉਹ ਅੰਤਰਾ ਬੜਾ ਵਾ ਉਹ ਚੀਜ਼ੀਆਂ ਛੇੜਦਾ ਇਹਨਾਂ ਨੂੰ ਉਹ ਲਾਡੀ ਲਾਡੀ ਉਹ ਕੀ ਕਰਦਾ ਉਹ ਪਤਾ ਕੀ ਕਰਦਾ ਵਾ ਜਦੋਂ ਇਹ ਵੱਜੇ ਹੁੰਦੇ ਨਾ ਦੋਵੇਂ ਉਹ ਲਾਗੋ ਸਾਲ ਲੰਘੂ ਤਿਰ ਤਿੜ ਕੇ ਤੇ ਹੁਣ ਉਹ ਖੁੱਲੇ ਦੋਵੇਂ ਤੇ ਹੁਣ ਉਹਦੇ ਦੌੜਾਂ ਲਵਾਉਂਦੇ ਦੋਵੇਂ ਜਾਣੇ ਉਹ ਚੱਲਣ ਦੇ ਕੰਮ ਅੱਗੇ ਪਿੱਛੇ ਹੀ ਗੋਰੀ ਥੱਕ ਗਿਆ ਤੂੰ
ਉਹਦਾ ਕੀ ਬਣਿਆ ਹੋਊਗਾ ਹੈ ਆਂਦਾ ਬਚਾਲਾ ਓਏ ਕੋਕੋ ਕੀ ਗੱਲ ਪੁੱਤ ਕੀ ਆਂਦੇ ਆ ਨਾ ਯਾਰ ਇੱਦਾਂ ਨਾ ਕਰਿਆ ਕਰੋ ਮੈਂ ਚੌਲਕਾ ਗਰਮ ਖਾਈਏ ਫਿਰ ਕੋਨਾ ਕਰੀ ਆ ਕੁੜੀਆਂ ਪੈਂਥਲਾਂ ਦਾ ਸਵਾਦ ਹੀ ਉੱਧਰ ਵੇ ਹਾਂ ਪੈਂਥਰ ਨਹੀਂ ਤੇਰੇ ਵੱਸ ਦੀ ਗੱਲ ਤੇਰੇ ਮਾਮਾ ਨੇ ਤੇਰੇ ਹੱਥ ਵੀ ਦਵਾਇਆ ਤੇਰੇ ਕੋਲ ਤੇ ਹੈਂ ਫੜ ਲੋ ਯਾਰ ਕਿਹਨੂੰ ਬੰਦ ਬੰਦ ਨਾ ਮੜਾ ਯਾਰ ਹਾਂ ਇੱਕ ਹੱਥ ਵੀ ਦਵਾਇਆ ਨੇ ਉੱਧਰ ਨਹੀਂ ਉੱਧਰ ਆ ਆ ਸੱਤ ਆ ਤਾਂ ਗਿਆ ਪ੍ਰਧਾਨ ਪ੍ਰਧਾਨ ਛੱਡ ਦੇ ਪ੍ਰਧਾਨ ਉਧਰ ਆ ਉਧਰ 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 ਪ੍ਰਧਾਨ ਦੇ ਭਾਰੀਆਂ ਬਣੀਆਂ ਪਈਆਂ ਉਧਰ ਸ਼ੇਰ ਬਣਿਆ ਹੀ ਜੇ ਆਪੇ ਬਾਹਰੋਂ ਫਿਰ ਕਰੀ ਆ ਲੈ ਇੱਧਰ ਤਾਂ ਇੰਨੇ ਖੁੱਲੀਆਂ ਰਹਿੰਦੇ 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 ਚੱਲ ਗਿਆ ਰਹਿੰਦੇ ਚੱਲ ਗਿਆ ਚੱਲ ਗਿਆ ਟਿਕਾਣੇ ਉਹ ਹਾਂ ਪ੍ਰਧਾਨ ਮੈਨੇ ਘਰ ਰੋਟੀ ਗਰਮ ਖਾਈ ਯਾਰ ਮੈਨੇ ਘਰ ਰੋਟੀ ਗਰਮ ਜਾਣਾ ਪਈ ਇੱਕ ਪਾਦੇ ਉਹ ਬਲੇ ਮਾਦਾ ਕੀ ਹਾਲ ਆ ਠੀਕ ਠਾਕ ਹੈ ਹੈ ਠੀਕ ਹੈ ਤੂੰ ਰੋਟੀ ਪਕਾਈ ਜਾਂਦੇ ਨਹੀਂ ਰੋਟੀ ਨਾ ਤੇ ਅੱਗੇ ਰਿਪੋਰਟ ਆ ਤੇ ਤੂੰ ਨਾ ਵੇ ਮਰ ਜੇ ਭੁੱਖੇ ਹੈ ਜਿਹੜੀ ਬੇਬੇ ਨਾ ਵੇ ਤਾਂ ਅਸੀਂ ਤਾਂ ਭੁੱਖੇ ਮਰ ਜੇ ਅੱਜ ਕੱਲ੍ਹ ਜੀ ਮੈਨੂੰ ਕਹਿੰਦੇ ਨੇ ਵਿਆਹ ਕਰਾਲਾ ਵਿਆਹ ਕਰਾਲਾ ਕੁੜੀਆਂ ਨੂੰ ਵੀ ਰੋਟੀ ਪਵਾਉਣੀ ਅੱਜ ਕੱਲ੍ਹ ਦੀਆਂ ਹੈ ਰੱਖਣੀ ਫਿਰ ਕੰਮ ਵਾਲੀ ਪੈਣੀ ਆ ਨਹੀਂ ਤੇ ਵਿਆਹ ਤੇ ਕਰ ਲਾਂਗੇ ਆ ਪਰ ਚੱਲ ਕੰਮ ਵਾਲੀ ਰੱਖ ਲਾਂਗੇ ਫਿਰ ਵਿਆਹ ਕਰ ਦਿੰਦੇ ਆ ਹੈ ਚਾਹੇ ਤੇ ਹੋਣਾ ਨਹੀਂ ਬੜੇ ਜਾਣਾ ਓਕੇ ਆ ਹੈ ਵਿਆਹ ਹੋਇਆ ਵੇ ਤੇ ਕੁੜੀ ਇੱਥੇ ਨਾ ਵੇ ਹੈ ਦੱਸਦਾ ਨੀ ਇੱਥੇ ਕੰਮ ਨਾ ਕਰਨੀ ਮਤਲਬ ਲੱਗੀ ਕੀ ਕਰਦਾ ਏ ਬਾਬਾ ਪੈਰ ਬੜੇ ਵੱਡੇ ਵੱਡੇ ਮੰਮੀਆਂ ਦੇ ਉਹ ਕਮਲਾ ਬੜਾ ਆਇਆ ਹੈ ਕਮਲਾ ਆਇਆ ਦੋਜਿਆ ਸੁਣ ਗੱਲ ਮਾਤਾ ਦੀ ਆ ਕੇ ਮਾੜੀ ਜੀ ਹੈ ਹਾਜੀ ਲਵਾਜ ਤੇ ਆ ਕੇ ਮਾਤਾ ਕੋ ਮਾਤਾ ਨੇ ਕਿਹਾ ਹਾਜੀ ਲਾਉਂਦੀ ਇੱਥੇ ਇੱਥੇ ਲੱਭਣਾ ਪਾਣੀ ਸਾਡਾ ਠੇਕੇਦਾਰ ਜੀ ਠੇਕੇਦਾਰ ਕਹਿੰਦਾ ਸਾਡਾ ਰਿਸ਼ਤੇਦਾਰ ਆ ਤੇ ਇਹਦੇ ਕਰਕੇ ਘਰ ਪੈ ਗਿਆ ਜੀ ਉਧਰ ਮਿਸਤਰੀ ਦੇ ਨਾਲ ਦੇ ਬੰਦੇ ਨਜ਼ਾਰੇ ਲੈਣ ਡੇ ਲੱਗ ਸਿੱਕਣ ਡੇ ਡਿਊਟੀ ਤੇ ਲਾਇਆ ਇਹਨੂੰ ਹੈ ਦੱਸਦਾ ਨੀ ਅਸੀਂ ਤਾਂ ਕਹਿ ਹੀ ਨਹੀਂ ਸਕਦੇ ਲਾਡੀ ਨੀ ਮਹਾਂ ਸਾਡੇ ਕੋਲ ਵਾਪਸ ਆਇਆ ਤਾਂ ਅਸੀਂ ਕੁਝ ਕਹਿ ਨਹੀਂ ਲਾਡੀ ਨੀ ਕੁਝ ਦੁੱਸ ਜਾਣਾ ਭੈਣ ਜੂ ਹੈ ਲਾਡੀ ਆ ਕਰੀ ਜਾਂਦਾ ਵਾ ਹਾਂ ਕਰੀ ਜਾਂਦਾ ਹਟਿਆ ਨੀ ਆ ਕੰਮਾਂ ਤੋਂ ਜੇ ਭਰਾਵਾ ਅਸੀਂ ਤਾਂ ਵਿਖਾਵ ਨੀ ਸਕਦੇ ਸਾਡਾ ਤਾਂ ਅੱਗੇ ਚੱਕਰ ਪਿਆ ਹੈ ਅੱਗੇ ਗਲਤ ਸਮਝਦੇ ਸਾਨੂੰ ਤੇ ਦੱਸਦਾ ਨੀ ਲੈ ਵੀ ਮਿੱਤਰ ਰਿਹਾ ਨਾ ਪਤਾ ਜੇ ਕੰਮ ਰੋਟੀਆਂ ਸਰਪੰਚ ਹੋਣਾ ਨੇ ਹੈ ਰਵਾ ਖਾਣੀ ਆ ਖਾਲਾ ਚੌਲ ਪਏ ਅੰਦਰ ਲੈ ਇਹ ਤਾਂ ਆਪਾਂ ਆਪਣੇ ਜੁਗੇ ਪਾ ਕੇ ਲਏ ਬਾਈ ਮਾਤਾ ਨੇ ਸਾਰੇ ਵੱਡਾ ਤਸਲਾ ਧਰਿਆ ਚੌਲਾਂ ਦਾ ਤੇ ਨੱਬੋ ਕਿੱਲੀ ਜਾ ਕੇ ਜਾਓ ਅੰਦਰ ਗੋਰੀ ਵੀ ਅੰਦਰ ਜਾ ਉਹਨੂੰ ਕਹਦੇ ਹਾਂ ਨਹੀਂ ਮਿੱਤਰਾ ਨਾਲ ਸਬਜ਼ੀ ਛੋਲਿਆਂ ਦੀ ਉਹ ਨਾਲ ਚੌਲ ਸਰਪੰਚਾ ਜੇ ਆਪਾਂ ਚੰਗਾ ਮਿਸਤਰੀ ਲਾਵਾਂਗੇ ਨਾ ਅੱਧੇ ਜਿਹੜੇ ਕੰਮ ਆਪ ਕਰ ਲੈਂਦਾ ਹੁਣ ਆਪਣੇ ਤਾਂ ਮਿਸਤਰੀ ਆ ਕਿੰਨੇ ਕੰਮ ਆਪ ਕਰਦਾ
ਬਿਲਡਿੰਗ ਵਾਲਾ ਕੰਮ ਵੀ ਆਪ ਕੀਤਾ ਉਹਨੇ, ਪਾਣੀ ਵਾਲਾ ਪਿਆ ਵੀ, ਮਤਲਬ ਕਿ ਕਿੰਨੇ ਕੰਮ ਉਹ ਕਰ ਲੈਂਦਾ ਚੰਗੇ ਮਿਸਤਰੀ ਦਾ ਫਾਇਦਾ ਜੇ ਮੰਨ ਲਾ ਆਪਣੇ ਕੋਲ ਠੇਕਾ 2-4-5 ਰੁਪਏ ਵੱਧ ਵੀ ਮੰਗਦਾ ਕੋਈ ਬੰਦਾ ਤੁਹਾਨੂੰ, ਤੁਹਾਡੀ ਗੱਲ ਕਰਦਾ ਜਿਹੜੇ ਭਰਾ ਵਲੌਗ ਵੇਖਦੇ ਆ ਕਈ ਵਾਰ ਆਪਾਂ ਘੱਟ ਪੈਸਿਆਂ 'ਚ ਕਰ ਲੈਂਦੇ ਨਾ ਮਿਸਤਰੀ ਜਾਂ ਕੋਈ ਵੀ ਆਪਾਂ ਚੀਜ਼ ਘੱਟ ਪੈਸਿਆਂ ਕਰਨ ਪੈਂਦੇ ਆ, ਉਹ ਬਾਅਦ 'ਚ ਨੁਕਸਾਨ ਆਪਣਾ ਬੜਾ ਹੁੰਦਾ ਉਸ ਚੀਜ਼ ਦੇ ਵਿੱਚ। ਚੰਗਾ ਕਾਰੀਗਰ ਬੰਦਾ ਕਿਸੇ ਵੀ ਤੁਸੀਂ ਕੋਈ ਵੀ ਕੰਮ ਘਰੇ ਕਰਵਾਉਣਾ ਭਾਵੇਂ ਪਲੰਬਰ ਦਾ ਆ ਹੈ ਨਾ, ਅਤੇ ਭਾਵੇਂ ਪਲੰਬਰ ਦਾ ਵੀ ਆ, ਕਾਰੀਗਰ ਚੰਗਾ ਹੋਣਾ ਚਾਹੀਦਾ, ਭਾਵੇਂ ਗੀਜ਼ਰ ਦਾ ਕੰਮ ਕਰਾਉਣਾ, ਭਾਵੇਂ ਬੱਤੀ ਦਾ, ਕੋਈ ਵੀ ਕੰਮ ਕਰਾਉਣਾ ਯਾਰ ਜੇ ਤੁਹਾਨੂੰ ਲੱਗਣਾ ਨਾ, ਜੇ ਤੁਸੀਂ ਕਈ ਵਾਰ ਕੀ ਹੁੰਦਾ ਕਈ ਚੰਗੇ ਬੰਦਿਆਂ ਦਾ ਨਾਂ ਬੜਾ ਹੁੰਦਾ ਪਰ ਉਹ ਕੰਮ ਨਹੀਂ ਸਹੀ ਕਰਦੇ, ਇਹ ਵੀ ਚੀਜ਼ ਵੇਖ ਲਿਆ ਕਰੋ। ਕਈ ਵਾਰ ਆਪਾਂ ਸੋਚਦੇ ਹਾਂ ਵੀਰ ਇਹ ਵੀ ਕਦੀ ਬੰਦੇ ਤੋਂ ਜੱਜ ਨਹੀਂ ਕਰਨਾ, ਸਾਡਾ ਮਿਸਤਰੀ ਵੱਲੋਂ ਮਦਰਾ ਆ ਅਤੇ ਕੰਮ ਤੁਹਾਨੂੰ ਦੱਸਾਂ ਕੰਮ ਜਿੰਨਾ ਉਹ ਕਰਦਾ ਨਾ ਹੈਗਾ ਸਾਡਾ ਰਿਸ਼ਤੇਦਾਰ ਆ ਸੱਜੀ ਹੱਡੀ ਉਹ, ਪਰ ਕੰਮ ਵਾਲੇ ਪੂਰੇ ਵੱਟ ਕੱਢਦਾ, ਮਤਲਬ ਕਿ ਅੱਜ ਤੱਕ ਹੈਂ ਸੱਜੀ ਕਿਹੜੀ ਮਿਸਤਰੀ ਨਹੀਂ, ਸੱਜੀਆਂ ਵੀ ਬੰਦੇ ਦੀਆਂ ਦੋ ਹੁੰਦੀਆਂ ਨੇ ਕਿੱਥੇ। ਨਹੀਂ ਨਹੀਂ ਤੇਰੇ ਕੋਲ ਸਾਲਿਆ ਮੇਰਾ ਪੁੱਠਾ ਦਿਮਾਗ ਨਹੀਂ ਚੱਲਦਾ ਅਤੇ ਹੋਰ ਅਤੇ ਗੱਲ ਕਰੀ ਜਿੰਨੇ ਬੰਦੇ ਸਾਡੇ ਘਰ ਅੱਜ ਤੱਕ ਜਿੰਨਾ ਘਰ ਬਣਿਆ ਜਿੰਨੇ ਬੰਦੇ ਆਪਣੇ ਘਰ ਤੱਕ ਆਏ ਨਾ, ਕਦੀ ਕਿਸੇ ਨੇ ਉਹਦਾ ਕੰਮ ਨਹੀਂ ਦਿੰਦੇ ਬੰਦੇ ਦਾ। ਚਲੋ ਬਾਬਾ ਸੁੱਖ ਰੱਖਿਆ ਤਾਂ ਕਿਸੇ ਸਿਫਤ ਨਹੀਂ ਕਰਨੀ ਚਾਹੀਦੀ, ਪਰ ਜਿਹੜੀ ਬਣਦੀ ਆ ਉਹਨੇ ਕਰ ਦੇਣੀ ਚਾਹੀਦੀ ਕਿਉਂਕਿ ਉਹਨੇ ਬੰਦੇ ਨੇ ਵਧੀਆ ਕੰਮ ਕੀਤਾ, ਬਾਕੀ ਸਾਰੀ ਟੀਮ ਹੀ ਹੁੰਦੀ ਹੈ ਨਾ ਇਹਦੇ ਨਾਲ ਜਿੰਨੇ ਬੰਦੇ ਹੋਰ ਕੰਮ ਕਰਦੇ ਆ ਆਪਣੇ, ਭਾਵੇਂ ਆਰਕੀਟੈਕਟ ਭਾਈ ਤੋਂ ਲੈ ਕੇ ਬਿਜਲੀ ਵਾਲੇ ਬੰਦੇ ਆ ਜਿੰਨੇ ਬੰਦੇ ਹੁਣ ਤੱਕ ਘਰੇ ਕੰਮ ਕਰਦੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਜਿਹੜੇ ਬੰਦੇ ਕੰਮ ਨਹੀਂ ਵਧੀਆ ਕਰਨਗੇ ਜਾਂ ਵਿੱਚ ਖਰਾਬੀ ਕਰਨਗੇ ਉਹ ਵੀ ਤੁਹਾਨੂੰ ਦੱਸਾਂਗੇ, ਫਿਰ ਨਾਲ ਥੋੜ੍ਹੀ ਥੋੜ੍ਹੀ ਕੁੱਤੇ ਖਾਣੀ ਕਰਕੇ ਦੇਵਾਂਗੇ ਕਿ ਆਹ ਬੰਦੇ ਸਾਡਾ ਕੰਮ ਖਰਾਬ ਕੀਤਾ ਹੈ। ਇਹ ਕਰਕੇ ਜਿਹੜੇ ਬੰਦੇ ਨੇ ਗਾਹ ਤੋਂ ਸਾਡੇ ਘਰੇ ਕੰਮ ਕਰਨ ਆਉਣਾ ਮੇਰਾ ਭਰਾ, ਚੰਗਾ ਕੰਮ ਕਰੋਗੇ ਤਾਂ ਸੋਭਾ ਕਰਾਂਗੇ, ਜੇ ਮਾੜਾ ਕਰੋਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਹੈ। ਚਲੀਏ ਆਪਾਂ ਸੋਣਾ ਨਹੀਂ ਹੈ, ਰੋਟੀ ਖਾ ਕੇ ਤਾਂ ਲੇਟੀਆਂ ਮਾਰਨ ਦੀ ਕੋਸ਼ਿਸ਼ ਕਰਨੇ ਆ ਤੂੰ, ਚੱਲ ਚਲੀਏ ਚੱਲ ਚਲੀਏ ਮੰਨੇ ਹੋਣੇ ਨਹੀਂ ਆ ਖਾ ਕੇ ਚੌਲਾਂ ਦੀ ਕੋਈ ਥਾਲੀ ਅਤੇ ਨਾਲ ਖਾ ਕੇ 5-6 ਰੋਟੀਆਂ ਅਤੇ ਹੁਣ ਅੱਗ ਅੜੀ ਬਹਿ ਗਿਆ, ਇੱਦਾਂ ਨਹੀਂ ਗੱਲ ਬਣਨੀ। ਆਪਾਂ ਕੰਮ ਵੜੇ ਕਰਕੇ ਆਉਣੇ, ਚੱਲ ਚਲੀਏ ਜਿਨਾਲੀ ਆਪਾਂ ਦੋਵੇਂ ਚੱਲਦੇ ਹਾਂ, ਚੱਲੀਏ ਉੱਠ ਤਾਂ ਕਮੈਂਟ ਪੜ੍ਹਨ ਡਿਆ ਸੀ ਮੈਂ। ਕਈ ਬੰਦੇ ਕਿੱਦਾਂ ਕਰਦੇ ਕਿ ਕਿਤੇ ਮਹੀਨੇ 'ਚ ਇੱਕ ਅੱਧਾ ਵਲੌਗ ਵੇਖਣਾ ਹੁੰਦਾ ਅਤੇ ਉਹ ਕਹਿੰਦੇ ਕਿ ਵੀਰ ਜੀ ਬੈਡ ਲੈਂਗੁਏਜ ਨਾ ਯੂਜ਼ ਕਰਿਆ ਕਰੋ, ਅਸੀਂ ਵੈਸੇ ਕਰਦੇ ਨਹੀਂ, ਜੋ ਪਿੰਡਾਂ 'ਚ ਚੱਲਦੀਆਂ ਅਸੀਂ ਉਹੀ ਗੱਲਾਂ ਕਰਦੇ ਹਾਂ। ਫਿਲਮਾਂ 'ਚ ਇੰਨਾ ਗੰਦ ਪੈਣ ਡਿਆ ਖਾਸ ਕਰਕੇ ਪੰਜਾਬੀ ਵੈਬ ਸੀਰੀਜ਼ 'ਚ, ਉਹਦੇ ਵਿੱਚ ਤਾਂ ਜਿਹੜੀ ਅਸੀਂ ਤਾਂ ਭੈਣ ਚੋ ਕਰਦੇ ਉਹਦੇ 'ਚ ਤਾਂ ਭੈਣ ਚੋਦ ਕਹਿ ਕੇ ਗੱਲ ਕੱਢ ਦਿੰਦੇ ਆ, ਉਹਨਾਂ ਨੂੰ ਤਾਂ ਕੁਛ ਕਿਹਾ ਨਹੀਂ ਜਾਂਦਾ ਹੈਂ। ਅਸੀਂ ਤਾਂ ਉਹ ਚੀਜ਼ ਵਿਖਾਉਂਦੇ ਹਾਂ ਜੋ ਅਸੀਂ ਨੋਰਮਲ ਘਰ ਕਰਦੇ ਰਹਿੰਦੇ ਹਾਂ, ਜਿਹੜੀਆਂ ਗੱਲਾਂ ਆਪਣੇ ਪਿੰਡਾਂ 'ਚ ਨੋਰਮਲ ਘਰਾਂ 'ਚ ਕਰ ਸਕਦੇ ਹਾਂ ਅਸੀਂ ਤਾਂ ਉਹ ਕਰਦੇ ਹਾਂ ਹੈ ਨਾ, ਦੱਸਦੇ ਨਹੀਂ ਜੀ। ਇਹ ਉਹ ਬੰਦੇ ਹੁੰਦੇ ਆ ਕਿ ਜਿਹੜੇ ਆਪ ਭਾਵੇਂ ਜੋ ਮਰਜ਼ੀ ਕਰਦੇ ਨੇ ਕਿਸੇ ਕਿਤੇ ਸਾਡਾ ਕਿਤੇ ਗਲਤੀ ਨਾਲ ਮਿਲ ਗਿਆ ਤਾਂ ਪਦ ਨਿਕਲ ਜਾਏ, ਕਹਿਣਾ ਪਦ ਨਿਕਲ ਗਿਆ ਨਹੀਂ ਨਹੀਂ ਪਦ ਨਹੀਂ ਦੱਸਦੇ ਨਹੀਂ। ਸੋ ਮੇਰੀ ਜਾਨ ਜਿਹੜੇ ਸਾਡੇ ਨਾਲ ਭਰਾ ਸ਼ੁਰੂ ਤੋਂ ਜੁੜੇ ਆ ਉਹਨਾਂ ਨੂੰ ਪਤਾ ਵਾ ਕਿ ਜਿੱਦਾਂ ਦੇ ਵਲੌਗ ਅਸੀਂ ਬਣਾਉਂਦੇ ਅਸੀਂ ਕਦੀ ਗੰਦ ਨਹੀਂ ਪਾਇਆ ਵਿੱਚ, ਅਤੇ ਇਹ ਮਾੜਾ ਮੋਟਾ ਜਿਹੜਾ ਨੋਰਮਲ ਚੱਲਦਾ ਇੰਨੀ ਕੁ ਚੀਜ਼ ਅਸੀਂ ਕਰਦੇ ਹਾਂ, ਠੀਕ ਹੈ। ਹਾਸੀਆਂ ਖੇਡੀਆਂ ਹੁੰਦੀਆਂ ਵਾ, ਅਸੀਂ ਕਦੀ ਬੈਡ ਲੈਂਗੁਏਜ ਯੂਜ਼ ਨਹੀਂ ਕੀਤੀ ਨਾ ਹੀ ਕਰ, ਸਾਡਾ ਇੱਦਾਂ ਦੀ ਸੋਚ ਨਹੀਂ ਹੈ ਹੈ ਨਾ, ਜੋ ਨੋਰਮਲ ਹੈ ਉਹ ਹੀ ਕਰਦੇ ਹਾਂ। ਚੰਗੀ ਸੋਚ ਰੱਖੋਗੇ ਚੰਗੇ ਬੋਲੋਗੇ। ਤੂੰ ਅੱਜ ਦੂਜੇ ਫਿਰ ਕਾਬੂ ਆ ਗਿਆ ਨਾ, ਤੇ ਦੱਸਦਾ ਨਹੀਂ ਤੂੰ ਕਾਹ ਤੋਂ ਛੇੜਦਾ ਨੱਚੜੀ ਇਹਨਾਂ ਨੂੰ, ਬੜਾ ਨੱਕ ਸਾਡਾ ਬੱਕਰੀ ਵਰਗਾ ਆ। ਹਾਂ ਬੱਕਰੀ ਵਰਗਾ ਮੂੰਹ ਕੱਢਿਆ, ਬਰੋਟੇ ਵਾਲੇ ਦਾ ਪੁੱਲ ਬਣਿਆ ਗੁੜੀਆ ਇਧਰੇ, ਗਾੜੀ ਲੱਕੜ ਦੀ ਨਾ। ਤੂੰ ਕਿਉਂ ਛੇੜਿਆ ਇਹਨਾਂ ਨੂੰ ਪਹਿਲਾਂ ਮੈਨੂੰ ਇਹ ਦੱਸ ਹੈਂ, ਦੱਸਦਾ ਨਹੀਂ ਹੁਣ ਕੱਚਾ ਜਿਹਾ ਹੁੰਦਾ ਇਹਨਾਂ ਦੇ ਕੰਮ 'ਚ, ਤਾਂ ਗੋਰੀ ਸਭ ਤੋਂ ਪਹਿਲਾਂ ਭਾਵੇਂ ਕੁਰਸੀ ਹੋਵੇ ਲੈ, ਨਹੀਂ ਉੱਤੇ ਗੰਢ ਵੱਜੀ ਆ ਸਰ ਗਿਆ ਵਾ, ਟਣੀ ਦਾ ਖਿੱਚੇ ਕੋ ਟਣੀ ਤੋਂ ਵੱਜੀ ਨਾ ਕਿਸੇ ਨੂੰ, ਸਿਰ ਪਾਟਾ ਕਿਸੇ ਦਾ, ਤਣੀ ਦਾ ਨੀ ਮਜ਼ਾਕ ਕਰਨਾ ਹੈ। ਚਲੀਏ ਫਿਰ ਚਲਾ ਚਲੀ ਮੰਨੇ, ਇੱਥੇ ਗੱਲਾਂ ਨੀ ਮੁੱਕਣੀ, ਬੜੀ ਨਾ ਕਿਹਾ ਤੁਰਨ ਦਾ ਨਾਂ ਨੀ ਲੈਣ ਦੇ ਤੁਸੀਂ ਭੈਣ ਚੋ, ਤੇ ਆ ਕੇ ਪਾਉਂਦੇ ਦੋ ਦਿਨ ਤੁਸੀਂ 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 ਆਪਾਂ ਟਰੈਕਟਰ ਤਿਆਰ ਕਰ ਲਓ ਚੰਗੀ ਤਰ੍ਹਾਂ, ਦੱਸਤੀ ਗੱਲ ਮੈਂ ਫਿਰ ਨਾ ਅੱਗੇ ਤੁਹਾਨੂੰ ਦੱਸਿਆ ਨੀ, ਤੈਨੂੰ ਕਹਿਣ ਡਿਆ ਵਾ ਪਾਣੀ ਪੂਣੀ ਪੀ ਵੱਧ, ਤੁਹਾਡਾ ਦੇਖਣਾ ਕੀ ਕਰਦਾ ਲੱਟਰ ਪੋ, ਅੱਜ ਲਾੜ ਲੁੜ ਕੇ ਫਿਰ ਕਿੱਦਾਂ ਇਕੱਠੇ ਹੀ ਪਏ ਵੇ,
ਕਿੱਦਾਂ ਸਵੇਰੇ ਭਾਜੀ ਬਣਾਈ ਸੀ ਇੱਕ ਦੂਜੇ ਦੇ ਹੈਂ ਲੇਟ ਕੇ ਰੋਟੀਆਂ ਤਾਂ ਵੇਖ ਇਕੱਠੇ ਹੀ ਪਏ ਸੀ ਹੈਂ ਤੇ ਪੰਜਾ ਸ਼ਹਿਰ ਹੋ ਗਿਆ ਗੇ ਤੁਸੀਂ ਕਰ ਲਓ ਤਾਂ ਕੈਟਰ ਜਾਰੀ ਤੁਹਾਡੀ ਕਿੱਥੇ ਆਪਣਾ ਕੱਢੋ ਬਾਹਰ ਫਿਰ ਨੂੰ ਹੈਂ ਅੱਜ ਪਾਵਾਂਗੇ ਆਪਾਂ ਮਿੱਤਰੋ ਟੋਜਰਾਂ ਟਰੈਕਟਰ ਦਾ ਅਤੇ ਪੁਰਾਣੀ ਥਾਰ ਦਾ ਇਹਨੇ ਜਿਹੜਾ ਜ਼ੋਰ ਇਹਨਾਂ ਜਦ ਕਿੰਨਾ ਘਰ ਦੇ ਵਿੱਚ ਮੇਰੇ ਸਾਰਾ ਜਿੰਨਾ ਵੀ ਲੱਗਾ ਮਟੀਰੀਅਲ ਸਾਰਾ ਉਹ ਵੀਰ ਕੋ ਹੀ ਆਇਆ ਅਤੇ ਮੈਂ ਉਹਦਾ ਬੜਾ ਹਿਸਾਬ ਹਿਸੂਬ ਕਰਾਈਏ ਮੇਰੀ ਜ਼ਿੰਦਗੀ ਦੇ ਵਿੱਚ ਹੋ ਗੁਜ਼ਰੀਆਂ ਹੁੰਦੀਆਂ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ ਉਹ ਕਮੈਂਟ ਦੇ ਹਿਸਾਬ ਨਾਲ ਇੱਕ ਬਾਈ ਕਹਿੰਦਾ ਯਾਰ ਸਾਨੂੰ ਵੀ ਇੰਸਟਾ 'ਤੇ ਮੈਂਸ਼ਨ ਮੂੰਸ਼ਨ ਕਰਦਿਆ ਕਰ ਜਾਣ ਮੇਰੀ ਇਹੋ ਤਾਂ ਰੱਟਾ ਰਿਹਾ ਮੇਰੀ ਜ਼ਿੰਦਗੀ 'ਚ ਜਦੋਂ ਦਾ ਮੈਂ ਇੰਸਟਾਗ੍ਰਾਮ 'ਤੇ ਆਇਆ ਨਾ 2017 ਤੋਂ ਲੈ ਕੇ 2023 ਤੱਕ ਜਦੋਂ ਮੈਂ ਮੈਂਸ਼ਨ ਕਰਦਾ ਰਿਹਾ ਪਹਿਲਾਂ ਉਦੋਂ ਮੇਰੇ ਬੜੇ ਯਾਰ ਬਣੇ ਜਾਂ ਢਿੱਲੋ ਕੋ ਜਾਵਾਂਗੇ ਸਟੋਰੀ ਪਵਾਂਗੇ ਮੈਂਸ਼ਨ ਕਰਕੇ ਫੋਲੋਅਰ ਵੱਧ ਜਾਣਗੇ ਬੜੇ ਭਰਾ ਬਣੇ ਮੇਰੇ ਉਹ ਜਦੋਂ ਮੈਂ ਇਸ ਚੀਜ਼ ਤੋਂ ਹੌਲੀ ਹੌਲੀ ਪਿਛਾਹ ਹੁੰਦਾ ਗਿਆ ਸਟੋਰੀਆਂ ਪਾਉਣੋਂ ਹਟਦਾ ਗਿਆ ਹੈ ਨਾ ਜਦੋਂ ਬੰਦੇ ਨੂੰ ਅਕਲ ਆਉਂਦੀ ਹੈ ਨਾ ਕਿ ਜਦੋਂ ਬੰਦੇ ਨੂੰ ਸੋਝੀ ਆਉਂਦੀ ਕਿ ਯਾਰ ਮੇਰੇ ਨਾਲ ਤਾਂ ਲੋਕ ਜੁੜੇ ਇਸੇ ਕੰਮ ਲਈ ਜ਼ਿਆਦਾ ਜਿਹੜੇ ਮੇਰੇ ਜ਼ਿਆਦਾ ਮੇਰੇ ਭਰਾ ਬਣਦੇ ਆ ਜਿਗਰੀ ਜਿਹੜੇ ਜ਼ਿਆਦਾ ਬਣਦੇ ਆ ਉਹਨਾਂ ਵਿੱਚੋਂ ਅੱਧੇ ਅੱਧੇ ਹੈ ਸਟੋਰੀਆਂ ਕਰਕੇ ਆ ਤਾਂ ਸਟੋਰੀਆਂ ਪਾਉਣੀਆਂ ਬੰਦ ਕੀਤੀਆਂ ਕੁੜੀ ਹੈ ਬਸ ਜਿਗਰੀ ਨਹੀਂ ਲੱਭੇ ਸਾਨੂੰ ਇਹ ਸੱਚਾਈ ਆ ਹੈ ਕਿਉਂਕਿ ਸਾਲਾ ਚੱਕਰ ਇਹ ਹੈ ਨਾ ਸਾਲਾ ਸਿਆਪਾ ਫੇਮ ਦਾ ਵਾ ਤੁਸੀਂ ਆਮ ਹੀ ਨੈੱਟ 'ਤੇ ਵੇਖਿਆ ਹੋਊਗਾ ਕਿ ਫੇਮਸ ਹੋਣ ਲਈ ਲੋਕ ਕੀ ਕੁਛ ਨਹੀਂ ਕਰੀ ਜਾਂਦੇ ਹੈ ਨਾ ਕਿ ਜਿਹੜੀ ਚੀਜ਼ਾਂ ਆਪਾਂ ਕਦੇ ਸੋਚ ਨਹੀਂ ਸਕਦੇ ਉਹ ਉਹੋ ਜਿਹੀਆਂ ਹੱਦਾਂ ਹੀ ਪਾਰ ਕਰਤੀਆਂ ਹੈ ਨਾ ਪਹਿਲਾਂ ਚੱਲ ਟਿਕਟੋਕ ਬੰਦ ਹੋਇਆ ਟਿਕਟੋਕ 'ਤੇ ਠੀਕ ਆ ਗੰਦ ਪੈਂਦਾ ਸੀ ਮੈਂ ਨਾ ਇੰਸਟਾ ਦੀ ਤਾਂ ਰੇਲ ਹੀ ਬੰਦ ਸੀ ਲੋਕਾਂ ਨੇ ਗੁਰੂਆ ਹੋਏ ਹੋਏ ਤੋਬਾ ਹੀ ਕਰਾ ਛੱਡੀ ਆ ਜਿਹਨੂੰ ਕਹਿੰਦੇ ਨਾ ਜਦੋਂ ਪਹਿਲਾਂ ਮੈਂ ਆਪਣੇ ਦਾਦੇ ਕੋਲ ਬਹਿੰਦਾ ਨਾ ਸੀ ਦਾਦਾ ਮੇਰਾ ਗੱਲਾਂ ਦੱਸਦਾ ਸੀ ਇਹ ਕਲਯੁਗ ਆਉਣਾ ਵਾ ਆਹ ਚੀਜ਼ਾਂ ਹੋਣੀਆਂ ਨਾ ਉਹਦੀਆਂ ਚੀਜ਼ਾਂ ਤਾਂ ਹੋਣੀਆਂ ਸ਼ੁਰੂ ਹੋ ਗਈਆਂ ਥੋੜ੍ਹੇ ਦਿਨ ਪਹਿਲਾਂ ਕਿ ਮੈਂ ਗੱਲ ਮੰਨੀ ਉਹਨਾਂ ਦੱਸੀ ਉਹ ਵੇਲਾ ਦਾਦਾ ਮੇਰਾ ਮੈਨੂੰ ਕਹਿੰਦਾ ਹੁੰਦਾ ਸੀ ਉਹ ਹੋ ਗਈ ਆ ਹੈਂ ਇਹੋ ਜਿਹੀਆਂ ਗੱਲਾਂ ਵੀ ਆ ਕਲਯੁਗ ਦਾ ਪਹਿਰਾ ਬਹੁਤ ਭਾਰੀ ਚੱਲ ਰਿਹਾ ਪਚੋ ਲੈ ਵੀ ਮਿੱਤਰਾ ਪਹੁੰਚ ਗਈ ਯਾਰ ਹੋਣੀ ਰੇ ਤੋਰੇ ਧੋਈ ਪਈ ਕੰਮ ਰੇ ਤੋਰੇ ਧੋਇਆ ਪਿਆ ਜੀ ਹੈਂ ਤਾਂ ਸੱਚਾਈ ਦੀ ਕਿੰਨੀ ਆ ਇੱਕ ਸੈਂਕੜਾ ਦੋ ਸੈਂਕੜੇ ਸਾਡੇ ਤਾਂ ਕੰਮ ਹੀ ਮੋਟਾ ਚੱਲ ਵੀ ਮਿੱਤਰਾ ਚਲੀਏ ਘਰ ਨੂੰ ਇੰਨਾ ਕੰਮ ਸੀ ਸਾਰਾ ਹੈ ਹੁਣ ਘਰ ਜਾਇਆ ਕਰੀਏ ਟੋਜਣ ਵਾਲਾ ਕੰਮ ਨਵੇਂ ਸਾਲ ਦਾ ਕਿਹਾ ਸਾਰਿਆਂ ਨੂੰ ਚਲੋ ਕੰਮ ਦੇ ਕਰਕੇ ਲੇਟ ਹੋ ਗਏ ਬਸ ਇਹ ਹੈ ਕਿ ਲੱਭੀ ਹੋਣੀ ਗਿੱਲੀ ਬਸ ਹੁਣ ਆਪਾਂ ਕੋਠੇ ਵਾਲਾ ਮਾਹੌਲ ਚੱਲ ਦੇਖ ਕੇ ਜੀ ਇੱਕ ਵਾਰ ਹੈਂ ਉਹ ਤੋਂ ਬਾਅਦ ਕਰਦੇ ਟੋਜਣ ਵਾਲਾ ਕੰਮ ਮੈਂ ਵੀ ਮਿੱਤਰਾ ਮੈਨੂੰ ਬੜੇ ਵੀਰ ਪੁੱਛਦੇ ਸੀ ਕਿ ਇਹ ਤੁਸੀਂ ਕੀ ਬਣਾਈ ਜਾਣ ਡੇ ਹੈ ਨਾ ਇਹ ਜਾਣ ਮੇਰੀ ਜਿਹੜਾ ਆਪਣੇ ਪਰਲੇ ਪਾਸੇ ਸ਼ੈੱਡ ਨਹੀਂ ਸੀ ਉਹ ਵਾਲਾ ਉਹ ਸ਼ੈੱਡ ਆਪਾਂ ਦੇੜ ਦੇਣਾ ਵਾ ਉਹਦੀ ਜਗ੍ਹਾ 'ਤੇ ਆਹ ਚੀਜ਼ ਤਿਆਰ ਕੀਤੀ ਹੈ ਨਾ ਕਿ ਜਿੱਦਾਂ ਟਰੈਕਟਰ ਟਰਾਲੀਆਂ ਹੱਲਾਂ ਰੋਟਾਵੇਟਰ ਅਤੇ ਜਿੱਦਾਂ ਗੱਡੀ ਗੁੱਡੀ ਲਾਉਣੀ ਹੋਵੇ ਉਹਦੇ ਵਾਸਤੇ ਇੱਧਰ ਆਪਾਂ ਆਹ ਚੀਜ਼ ਤਿਆਰ ਕਰਤੀ ਅਤੇ ਬਾਬੇ ਦੀ ਕਿਰਪਾ ਨਾਲ ਪਰਸੋਂ ਜਾਂ ਚੌਥ ਲੈਂਟਰ ਪੈ ਜੂਗਾ ਫੇਰ ਢਾੜਾ ਕਰਾਉਂਦੇ ਮੂੰਹ ਮਿੱਠਾ ਹੈ ਫਿਲਹਾਲ ਆਪਾਂ ਚੱਲੀਏ ਥੱਲੇ ਅਤੇ ਪੋਚਣ ਦੀ ਕਰੀਏ ਤਿਆਰੀ ਸਰਪੰਚ ਨੇ ਬੜੇ ਤਾਵਲੇ ਹੋਣ ਡੇ ਆ ਹਲਾ ਪਾਉਣੀ ਹੈ ਟੋਜਣ ਕਿੱਥੇ ਟੋਜਣ ਕੱਢ ਪਾਰ ਫਿਰ ਛੱਡ ਮਾੜਾ ਜਾ ਸੀਟੀ ਚੈੱਕ ਕਰੀਏ ਮਾਰਦੀ ਜ਼ੋਰ ਕਿ ਨਹੀਂ ਮਾਰਦੀ ਕੱਢ ਲਾ ਹੌਲੀ ਜੀ ਕੋਈ
ਨੱਪ ਛੱਡਿਆ ਕਰ ਹੋ ਜਾਂਦਾ ਆਪੇ। ਮਿੱਤਰਾ ਟੋਚਣ ਵਾਲਾ ਕੰਮ ਕਰਨ ਲੱਗੇ ਅਸੀਂ, ਆਪਣੇ ਪਹਿਦੇ ਕਰਨ ਲੱਗੇ ਇੱਥੇ, ਹੈਨਾ। ਉੱਦਾਂ ਥਾਰਾਂ ਦਾ ਪਾਉਣਾ ਸੀ ਅੱਜ, ਅਤੇ ਥਾਰ ਤਾਂ ਪਾਵਾਂਗੇ ਇੱਕ ਦੋ ਦਿਨਾਂ ਤੱਕ। ਅੱਜ ਟਰੈਕਟਰ ਦੇ ਸਰਪੰਚ ਦੀ ਮੈਂ ਸਿਟੀ ਚੈੱਕ ਕਰੀਏ ਯਾਨ, ਇੱਧਰ ਬੜੀ ਹੈ ਝੋਟੀ ਦੇ ਵਿੱਚ, ਹੈਂ। ਆ ਜਾ ਵੀ ਝੋਟੀਏ, ਕਿਤੇ ਬੇਇੱਜ਼ਤੀ ਨਾ ਕਰਾ ਦੀ ਕਿਤੇ ਢਿੱਲੋ ਦੀ, ਹੈਂ। ਆਖਦੀ ਨਹੀਂ ਆ, ਬਹਿ ਜਾ ਬਹਿ ਜਾ, ਕਰਾਉਣੀ ਪੈਣੀ ਆ, ਬਹਿ ਜਾ ਬਹਿ ਜਾ, ਹੈਂ। ਚੱਲ ਆ ਜਾ ਫਿਰ ਮੇਰਾ ਪੁੱਤ, ਤਗੜੀ ਹੋ, ਹੈਂ। ਕਹਿੰਦੇ ਹੁੰਦੇ ਨਾ ਕਿ 4x4 ਪਹਿਲਾਂ ਚੈੱਕ ਕਰ ਲਾ ਮੈਂ, ਇਹ ਨਾ ਹੋਏ ਸਾਲਾ ਮੌਕੇ 'ਤੇ ਲੱਗੇ ਨਾ ਬਸ। ਕਿਉਂ ਵੀ ਰਾਣੀ, ਕਿਤੇ ਬੇਇੱਜ਼ਤੀ ਨਾ ਕਰਾ ਦੀ ਕਿਤੇ, ਹੈਂ। ਵੀ ਇਹਦੇ ਵਿੱਚ ਆਉਂਦਾ ਬਣਾ ਤੋਂ 4x4 ਲੱਗ ਗਿਆ। ਝੋਟੀਏ ਵਿਖਾ ਦੇ ਜ਼ੋਰ ਆਪਣੇ ਅੱਜ। ਲੈ ਵੀ ਮੈਨੂੰ ਪੂਰੀ ਆਸ ਆ ਇਹ ਗੱਡੀ 'ਤੇ ਕਿ ਟਰੈਕਟਰ ਨੂੰ ਨਹੀਂ ਹਿਲਾਉਂਦਾ ਹੋਊਗੀ, ਇਹ ਲੈ ਜੂ ਖਿੱਚ ਕੇ। ਪਰ ਉਹ ਇਹ ਕਿ ਟਰਬੋ ਲਵਾਇਆ ਇਹਦੇ ਵਿੱਚ, ਹੌਸਪੋਰ ਵਧੀ ਪਈ ਉਹਦੀ, ਉਹਦੇ ਕਰਕੇ ਅਜੇ ਸਰਪੰਚ ਲੈ ਜੇ ਨੱਪ ਕੇ ਅਤੇ ਨੱਪ ਕੇ। ਪਰ ਨਹੀਂ, 3-4 ਰਾਊਂਡ ਖੇਡਾਂਗੇ, 1 ਰਾਊਂਡ 'ਚ ਨਹੀਂ ਪਤਾ ਲੱਗਦਾ ਹੁੰਦਾ, ਹੈਂ। ਚੜ੍ਹਾ ਦੇ ਮੈਂ ਨਹੀਂ ਦੇਣੀ ਸੀ ਬਾਪੂ ਨੂੰ, ਮੈਨੂੰ ਗੱਫਾ ਨਾ ਫਿਰਜੇ, ਸਰੋਂ ਖਰਾਬ ਕਰਤੀ ਆ। ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਬਾਪੂ ਛਿੜ ਪਏ ਨਾ, ਕਹਿੰਦਾ ਚੁੱਪ ਕਰਾਉਣਾ ਬੜਾ ਔਖਾ ਹੁੰਦਾ ਬਾਅਦ 'ਚੋਂ, ਪਤਾ ਨਹੀਂ ਤਵਾ ਕਿਤੇ ਲੱਗਣ ਡਿਆ ਪੈਣਾ। ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਹੋਏ, ਚੱਲ ਵੀ ਰਾਣੀ ਹੈ। ਪਤਾ ਅਸਲ ਦੇ ਵਿੱਚ ਨਾ ਪਹਿਦੇ ਲੱਗਣਾ ਸੀ ਜ਼ੋਰ ਦਾ, ਹੈ ਨਾ। ਬਾਕੀ ਮੈਂ ਟਾਇਰ ਚੇਂਜ ਕਰਾਏ ਸੀ ਇਹਦੇ, ਜਿਹੜੇ ਇਹਦੇ ਅਗਲੇ ਟਾਇਰ ਸੀ ਉਹ ਮੈਂ ਪਿੱਛੇ ਕਰਾਤੇ, ਅਤੇ ਪਿੱਛੇ ਵਾਲੇ ਟਾਇਰ ਅਗਲੇ ਕਰਾਤੇ, ਕਿਉਂਕਿ ਅੱਗੇ ਵਾਲੇ ਟਾਇਰ ਨੇ ਜਿਹੜੇ ਉਹ ਜ਼ਿਆਦਾ ਉੱਡਦੇ ਆ, ਹੈ ਨਾ, ਅੱਗੇ ਇੰਜਨ ਹੁੰਦਾ ਆ। ਚੱਲ ਸਰਪੰਚ, ਜੇ ਪੁੱਤ ਮੈਂ ਜਿੱਤ ਗਿਆ ਨਾ ਕਦੇ, ਤੇਰੀ ਚੰਗੀ ਕੁੱਤੇ ਖਾਣੀ ਕਰੂੰ, ਵੇਖੀ 2 ਦਿਨ ਫਿਰ, ਹੈਂ। ਉੱਧਰ ਬਾਪੂ ਨੇ ਰਲ, ਬਾਪੂ ਨੂੰ ਨਾਲ ਮੈਂ ਰਲਾ ਲੈਣਾ, ਵੇਖੀ। ਹਾਂ ਇੱਧਰ ਆਇਆ ਆਇਆ, ਲੱਗ ਜਾਊ ਪਾ ਤੇਰੀ ਸੀਡੀ ਦਾ ਲੈਂਟਰ ਦੀ ਅੱਜ। ਮੈਂ ਤੇਰੀ ਜਿਹੜੀ ਸੀਡੀ ਲਵਾਈ ਫਿਰਦਾ ਨਾ, ਜਿਹੜਾ ਤੇਰਾ ਅੱਜ ਤੂੰ ਵਜਾਉਣੀ, ਅੱਜ ਜੇ ਕਿਤੇ ਆਪਾਂ ਜਿੱਤ ਗਏ ਨਾ ਬਾਪੂ, ਅੱਜ ਜੇ ਕਿਤੇ ਆਪਾਂ ਜਿੱਤ ਗਏ ਨਾ ਕਦੇ, ਇਹਨੂੰ ਇਹਨੂੰ ਫਿਰ 2 ਦਿਨ ਨੀ ਆਪਾਂ ਟਿਕ ਦੇਣਾ। ਚੱਲ ਬਾਈ ਲੈਂਦਾ ਟੋਜਨ, ਲੈ ਵੀ ਸਰਪੰਚਾ, ਤੈਨੂੰ ਖੁੱਲੀ ਛੋਟ ਹੀ, ਜਿਹੜਾ ਮਰਜ਼ੀ ਗੇਅਰ ਪਾਲੀ, ਉਹ ਮੈਨੂੰ ਨੀ ਪਤਾ, ਜੋ ਮਰਜ਼ੀ ਕਰ ਲਾ, ਜਿਹੜਾ ਮਰਜ਼ੀ ਗੇਅਰ ਪਾਲੀ। ਅਸੀਂ ਕੋਈ ਹਵਾ ਨੀ ਕੱਢੀ, ਕੁਛ ਨੀ ਕੀਤਾ, ਹੈ, ਅਸੀਂ ਕੁਛ ਨੀ ਕੱਢਿਆ ਦਾ, ਇਹਦੀ ਲੈ ਤੂੰ ਹਵਾ ਕੱਢ, ਕਹਿੰਦਾ ਇਹ ਤੇ ਫਿਰ ਜਦੋਂ ਹਵਾ ਕੱਢਦੀ ਫਿਰ ਤੇ ਬੰਦਾ ਮੰਨ ਲਾ ਉਹਦੇ ਗੱਲ ਥੋੜੀ ਬਣਦੀ, ਨਾ ਨਾ ਟੋਦੇ ਪਾਓ ਤੁਸੀਂ, ਆ ਜਾਓ ਵੀ ਸਰਪੰਚ, ਜਿਹੜਾ ਮਰਜ਼ੀ ਗੇਅਰ ਲਾ ਲਈ ਤੂੰ, ਖੁੱਲੀ ਛੋਟ ਤੈਨੂੰ, ਹੈ, ਬਸ ਜੋ ਉਹ ਤੇਰੀ ਮਰਜ਼ੀ ਹੈ, ਇਹੋ ਤੇ ਗੱਲ ਹੈ ਨਾ, ਮੈਂ ਹੁਣ ਆਪਣੇ ਹਿਸਾਬ ਚੱਲਣਾ ਨਾ, ਹੈ, ਨਹੀਂ ਟੁੱਟਦਾ ਨਹੀਂ ਤਾਰ ਤੇ ਬੜੀ, ਅੱਛਾ ਮੱਟ ਕੱਢ ਦਿਆ ਉਹ। ਲੈ ਵੀ ਸਰਪੰਚ, ਜੇ ਪੁੱਤ ਕਿਤੇ ਅਸੀਂ ਜਿੱਤ ਗਏ ਨਾ, ਓਏ ਹੋਏ ਮੰਨੇ, ਫਿਰ ਸ਼ੀਡੀ ਵੇਖਾਂਗੇ ਤੇਰੀ ਕਿੱਦਾਂ ਵੱਜਦੀ, ਸਰਪੰਚ ਤਿਆਰ ਆ, ਹੈਂ, ਤੜਿਆ ਨਾ ਪੂਰਾ, ਇਹ ਲਾਉਂਦੇ ਤੇ ਬੜੀ ਵਜਾਉਂਦਾ ਨਹੀਂ, ਕਰਕੇ ਨਾ ਫਿਰ ਕੀ ਸਵਾਲ ਆਉਂਦਾ ਸਰਪੰਚ ਦੱਸ, ਹੈਂ, ਪੁੱਲ ਤੋਂ 50 ਨਾ ਫਿਰ 50 ਨਾ ਕਰ ਦਿੰਦਾ ਇਦਾਂ, ਇਹ ਲਵਾਇਆ ਅਸੇ ਕੰਮ ਨੂੰ ਇਹਨੇ, ਤੇ ਹੈਂ ਰਾਮੂ
ਹੈ ਪੈਲੀ ਕਿਉਂ ਨਹੀਂ ਪਾਉਣੀ ਮਾਮਾ ਅਗਲੇ ਸਾਲ ਅਗਲੇ ਉਹ ਸੱਚ ਪੈਣੀ ਆ ਅਗਲੇ ਸਾਲ ਹੋਣੀ ਹੈ ਥੋੜ੍ਹੀ ਹੋਣੀ ਚਲੋ ਫਿਰ ਚਲੋ ਹੈ ਲੈ ਮੰਨੇ ਆਹ ਮੈਂ ਇੱਕ ਕੈਮਰਾ ਸੈੱਟ ਕਰ ਲਈ ਨਾ ਕਿਹੜੇ ਪਾਸੇ ਸੈੱਟ ਜਿਹਾ ਪੈਂਦਾ ਆਹ ਮੰਨੇ ਨਹੀਂ ਇੱਧਰੋਂ ਗਾ ਇੱਧਰੋਂ ਵੇਖਣ ਕਿੱਥੋਂ ਸੈੱਟ ਜਿਹਾ ਬਣਦਾ ਕੰਮ ਜ਼ੀਰੋ ਪੁਆਇੰਟ ਫਾਈਵ ਕੀਤੀ ਇੱਧਰ ਵੇਖ ਲੈ ਤੂੰ ਸੈਂਟਰ ਚ ਖਲੋਤਾ ਸੈਂਟਰ ਚ ਬਣਾਉਣ ਡਿਆ ਨਾ ਆਪੇ ਪਾ ਲਾ ਜਾਣਾ ਰੇਟ ਖਿੱਚ ਕੇ ਲੈ ਗਿਆ ਤੇ ਇੱਕ ਸਪੰਜ ਹੱਥ ਵੇਹਦਾ ਰਹੀ ਇਹ ਨਾ ਕਰਦਾ ਬਸ ਠੀਕ ਆ ਪਰਲੇ ਪਾਸੇ ਹੋ ਜਾਓ ਨਾ ਨਹੀਂ ਹਾਂ ਨਾ ਨਾ ਠੀਕ ਹੈ ਇੱਥੇ ਓਕੇ ਚਾਬੀ ਤੇ ਲੈ ਜਾਓ ਕਹਿੰਦੇ ਕੰਮ ਹੋ ਗਏ ਹੋਰ ਰਾਜੂ ਪਾ ਗਈ ਹੈ ਇੱਧਰ ਤੈਨੂੰ ਜ਼ੋਰ ਖਾਈਏ ਆਜਾ ਮੋਟਰਾਂ ਪੈਂਦੀਆਂ ਰਹਿਣੀਆਂ ਵਾ ਆਜਾ ਮੋਟਰਾਂ ਬਾਹਰ ਪੈ ਜਾਣਗੀਆਂ ਆਜਾ ਇੱਧਰ ਬਿਆਨ ਬਦਲਦੇ ਚੱਲ ਵੀ ਸਰਪੰਚਾ ਬਸ 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 ਚੱਲ 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 ਕੀ ਕਰੇ ਤੂੰ ਸਾਡੀ ਸੁਣਦਾ ਹੀ ਨੀ ਆ ਚੱਲ ਚੱਲ ਝਟਕਾ ਮਾਰ ਚੱਲ ਉਹ ਖੜ ਜੋ ਕੀ ਕਰਦੇ ਯਾਰ ਚੱਲ ਖੋੜਾ ਗਾਂ ਲਿਆਓ ਗਾਂ ਲਿਆਓ ਅੱਗੇ ਲਿਆਓ ਥੋੜੀ ਕੱਠਾ ਜ਼ੋਰ ਨੀ ਨਾ ਲੱਗਣ ਡਿਆ ਕਦੀ ਅੱਗੜ ਪਿਛੜ ਹੋ ਜਾਂਦਾ ਕੰਮ ਇੱਧਰ ਕਿੱਡੇ ਸੋਹਣੇ ਲਾਦੇ ਵਿੱਚੋਂ ਹੈ
ਦੋਵੇਂ ਟਰੈਕਟਰ ਲੈ ਗਿਆ ਉਦਾਂ ਕਰੀ ਖਿੱਚ ਕੇ ਬਸ ਡਾਕ ਲੋ ਖੁਲਿਆ ਓਏ ਮਾੜੀ ਗਾਂ ਕਰ ਮਾੜਾ ਗਾਂ ਕਰ ਚੱਲ ਚੱਲ ਫਾਰਮ ਚ ਪੂਰਾ ਸਰਪੰਚ ਹੈ ਲਾਸਟ ਰਾਉਂਡ ਇੱਕ ਰਾਉਂਡ ਗਿਆ ਹੀ ਹੋ ਬਾਹਰ ਨਿਕਲਿਆ ਹੁਣ ਉਸਤਾਦ ਨੇ ਬਾਹਰ ਹੋਣਾ ਉਹ ਜਾ ਵੇ ਬਾਪੂ ਨੇ ਏਦਾਂ ਕੂੜ ਗੰਦੇ ਕਰਦੇ ਹੁਣ ਕਿਆ ਤੈਨੂੰ ਨੀ ਦਿਖਣ ਡਿਆ ਗਾੜੀ ਕੁੰਡੀਆਂ ਦੇ ਸਿੰਘ ਫਸ ਗਏ ਤੂੰ ਗਾੜੀ ਉੜੀ ਲਈ ਉਹਨਾਂ ਮਾੜੀ ਗਾਂ ਕਰ ਟਰੈਕਟਰ ਟਰੈਕਟਰ ਗਾਂ ਕਰ ਮਾੜਾ ਖਿੱਚ ਪਾਲਾ ਏ ਬਸ 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 ਚੱਲ ਚੱਲ ਹੁਣ ਉਸਤਾਦ ਨੇ ਬਾਹਰ ਹੋਣਾ ਇੱਕ ਵਾਰੀ ਵੇਖੀ ਵੀ ਜਾਣ ਪੂਰੀ ਭੈਣ ਜੋ ਹੈ ਉਹ ਡਾਕ ਲੈ ਇੱਥੇ ਉਹ ਖਲੋਇਆ ਮਾੜਾ ਅੱਗੇ ਲਿਆ
ਬੜਾ ਇੱਥੇ ਚੱਲ ਬਰੋਬਰ ਦਾ ਰਿਹਾ ਕੰਮ ਹੈ ਇੱਕ ਹੋਰ ਇੱਕ ਕਰੋੜ ਹੋਰ ਆ ਲਾਸਟ ਲਾਸਟ ਆ ਲਾਸਟ ਜੇ ਚੱਲ ਵੀ ਸਰਪੰਚਾ ਹੋ ਜਾ ਸਿੱਧਾ ਫੇਰ ਇੱਕ ਵਾਰੀ ਏ ਬਸ ਬਸ ਡੱਕ ਦੇ ਨੇ ਬਾਹਰ ਹੋਣਾ ਹੀ ਹੁਣ ਇੱਕ ਵਾਰੀ ਆ ਗਏ ਆ ਗਏ ਬੌਸ ਆਉਂਦਾ ਸਵਾਦ ਰੋੜਦਾ ਹੀ ਆ ਨਾ ਪਰ ਥਾਰ ਪੁਰਾਣੀ ਪੁਰਾਣੀ ਆ ਫਿਰ ਚੱਲ ਕੋਈ ਨੀ ਇੱਕੋ ਹੀ ਆ ਰਿਹਾ ਮੁਕਾਬਲਾ ਮੈਂ ਵੀ ਮਿੱਤਰਾ ਰਾਣੀ ਰੱਖ ਲਈ ਇੱਜ਼ਤ ਆਪਣੀ ਹੈ ਝੋਟੀਏ ਝੋਟੀਏ ਲਵ ਯੂ ਆ ਤੇਰੇ ਨਾਲ ਲਵ ਯੂ ਰਾਣੀ ਥਾਰ ਪੁਰਾਣੀ ਆ ਹੈ ਕਿਉਂ ਸਰਪੰਚਾ ਹੈ ਗੱਲਬਾਤ ਕਿ ਨਹੀਂ ਹੈ ਉਹ ਗੱਲ ਕਰਦੀ ਆ ਨਾ ਬਿਜਲੀ ਗੱਲ ਉਹ ਟਰੈਕਟਰ ਆ ਇਕੱਲੇ ਦੋਵੇਂ ਚੱਕੇ ਜ਼ੋਰ ਮਾਰਦੇ ਇਹ ਆ 4x4 ਦਾ ਫਰਕ ਤੇ ਪੈਂਦਾ ਹੀ ਆ ਆ ਪੱਥਰਾਂ ਦਾ ਪਾ ਕੇ ਦੇਖਣਾ ਕਿਤੇ ਨਾ ਹਾਂ ਨਹੀਂ ਯਾਰ ਕੀ ਪਤਾ ਕਰਨਾ ਇਹਦੇ ਨਾਲ ਦੀ ਥਾਰ ਹੈਗੀ ਮੁੱਲੀ ਕੋ ਉਹ ਮੰਗਾਉਂਦਾ ਪੁਰਾਣੀ ਮੈਂ ਪੁਰਾਣੀ ਥਾਰਾਂ ਦਾ ਪਾ ਕੇ ਦੇਖਾਂਗੇ ਪੁਰਾਣੀ ਥਾਰ ਵੀ ਹੈਗੀ ਨਾ ਇੱਕ ਉਹ ਮੰਗਾਉਂਦੇ ਕੱਲ੍ਹ ਨੂੰ ਉਹਦੇ ਨਾਲ ਪਾ ਕੇ ਵੇਹਨੇ ਕੱਲ ਜਾਂ ਪਰਸੋਂ ਨਾ ਉਹ ਮੈਨੇ ਬਣਾ ਕੇ ਕਿੰਨਾ ਜ਼ੋਰ ਮਾਰਦੀ ਇੰਜਨੇ ਰਵਾਂ ਆਇਆ ਨਾ ਕੱਦੂ ਕੱਦੂ ਕਰਕੇ ਹੈ ਸਰਪੰਚ ਕਿੰਨੇ ਸੋਰ ਬਣਾਇਆ ਥੀਏਟਰ ਵੀ ਅਤਰ ਹਾਂ ਇਹ ਚੀਜ਼ ਤਾਂ ਹੈਗੀ ਓ ਜਦੋਂ ਆਪਾਂ ਕਲੱਚ ਜਿਹੜਾ ਬੰਦਾ ਕਲੱਚ ਪਹਿਲਾਂ ਛੱਡ ਗਿਆ ਫਰਕ ਪੈਂਦਾ ਅਸਲ ਲੋਹ ਦੇ ਵਿੱਚ ਮਜ਼ਾ ਆਉਣਾ ਪਤਾ ਲੱਗਣਾ ਕਿ ਜ਼ੋਰ ਕਿਹੜਾ ਖਿੱਚ ਕੇ ਖੜਦਾ ਫਿਰ ਵੀ ਜੇ ਤੂੰ ਇੱਥੇ ਲਵਾਉਂਦਾ ਨਾ ਜ਼ੋਰ ਹਾਈ ਜੀ ਟਾਇਰ ਸਲਿਪ ਕਰਦਾ ਸੀ ਨਾ ਲੋਹ ਨੇ ਸਲਿਪ ਨੀ ਕੱਢਣੀ ਹਨੇ ਮਜ਼ੇ ਮਜ਼ੇ ਤੁਰਨਾ ਸੀ ਤੂੰ ਪੰਜ ਦੇ ਪੰਜ ਰਾਉਂਡ ਜਿੱਤ ਜਾਣੇ ਸੀ
ਇਹ ਗੱਲ ਮੈਂ ਪਹਿਲਾਂ ਤਾਣੀਆਂ ਦੱਸੀ ਕਿਉਂਕਿ ਅਸੀਂ ਫਿਰ ਹਰ ਜਾਣਾ ਸੀ ਪਰ ਫਿਰ ਵੀ ਬੀਜ ਵਾਹਾਂਗੇ ਪਹਿਲੀ ਬੀਜ ਕੀ ਕਰਾਂਗੇ ਨਾ ਕੋਈ ਗੱਲ ਨੀ ਹਾਰ ਜਿੱਤ ਬਣੀ ਆ ਹਜੇ ਟਰਬੋ ਹੇਰਾਂ ਵਾਲੀ ਹੋਣ ਡੀ ਹਜੇ ਟਰਬੋ ਵਾਲੀ ਸੀਟੀਆਂ ਵਾਲੀ ਹੁਣ ਪੈਲੀ ਵਾਲੀ ਬਣਾਵਾਂਗੇ ਹੁਣ ਵੀਰ ਕੋ ਜਾ ਲਾਸਨ ਕਿ ਟਰਬੋ ਲੱਗਦੇ ਟੋਚਣ ਵਾਲੀ ਹੋਵੇ ਬਸ ਬਸ ਤੂੰ ਕਿਹਨੂੰ ਪਈ ਜਾਣਾ ਮੈਂ ਕੀ ਤਰ ਸਰਪੰਚ ਲੱਭ ਗਈ ਉਹ ਬੈਟਰੀ ਕੈਮਰੇ ਦੀ ਸਰਪੰਚਾ ਫੋਟੋ ਸ਼ੂਟ ਕਰੀਏ ਨਿਗਾਹ ਆਈਏ ਪੁਰਾਣੀ ਫੋਮ ਚ ਵਾਪਸ ਫੋਟੋ ਖਿੱਚ ਲਿਆ ਕਰੀਏ ਆ ਜਾਓ ਫਿਰ ਚਲੋ ਕੀ ਗੱਲ ਪੁੱਤ ਕੀ ਗੱਲ ਕਿੱਥੇ ਜਾਣਾ ਤੂੰ ਤੈਨੂੰ ਨਾਲ ਨੀ ਖੜਦੇ ਹੈ ਗਲਤ ਗੱਲ ਨਾ ਇਹਨਾਂ ਦੀ ਕੋਈ ਨੀ ਉਹ ਜਿਹੜਾ ਦੋ ਚਾਰ ਮਿੰਟ ਤਗੜਾ ਵੇਖੀ ਹਾਂ ਫਿਰ ਬਣਾਵਾਂਗੇ ਆਪਾਂ ਰੇਲ ਇਹਨਾਂ ਦੀ ਇੱਕ ਵਾਰ ਠੀਕ ਹੈ ਕਿੱਥੇ ਚੱਲੇ ਤੁਸੀਂ ਹੁਣ ਚਲਾ ਲਈ ਮੈਨੇ ਆਪਾਂ ਜਿੰਮ ਲਾਈ ਯਾਰ ਲੈ ਵੀ ਮੇਰਾ ਯਾਰ ਨੇ ਚਲੇ ਜਿੰਮ ਕੋ ਤੇ ਜਿੰਮ ਜਾਣ ਤੋਂ ਪਹਿਲਾਂ ਗੱਲ ਅਸੀਂ ਕਮਿਟਮੈਂਟ ਕੀਤੀ ਸੀ ਗੁਰੂ ਘਰ ਥੋੜ੍ਹੀ ਜਿਹੀ ਸੇਵਾ ਸਰਦੀ ਬਣਦੀ ਤੁਸੀਂ ਵੀ ਪਾਇਆ ਕਰੋ ਮੇਰੇ ਭਰਾ ਹੈਂ ਜ਼ਰੂਰੀ ਆ ਦਸਵੰਧ ਕੱਢਣਾ ਕੱਢਿਆ ਕਰੋ ਬਾਕੀ ਅਸੀਂ ਗੱਲ ਕਰਨ ਡੇ ਯੋਰ ਦੀ ਗੱਲ ਥਾਰ 'ਚ ਇਹ ਤੁਸੀਂ ਹੁਣ ਕਮੈਂਟਾਂ 'ਚ ਦੱਸਣਾ ਕਿ ਬਹਿ ਜਾ ਥਾਰ ਨੇ ਕਰਾਈ ਕਿ ਜੌਂਡੀਅਰ ਨੇ ਕਰਾਈ ਇਹ ਜਿਹੜੀ ਜੌਂਡੀਅਰ ਲਵਰ ਹੋਣਗੇ ਉਹਨਾਂ ਦੀ ਉਹਦੀ ਸਾਈਡ ਲੈਣੀ ਸਰਪੰਚ ਦੀ ਪਰ ਅਸਲ ਦੇ ਵਿੱਚ ਜੋ ਸੱਚਾਈ ਆ ਉਹ ਹੁਣ ਤੁਸੀਂ ਦੱਸੋਗੇ ਤਾਂ ਫਿਰ ਚੰਗੀ ਗੱਲ ਆ ਅਤੇ ਬਾਕੀ ਸਾਡੀ ਕੋਸ਼ਿਸ਼ ਇਹ ਆ ਕਿ ਸਾਡੇ ਕੋਲ ਜਿਹੜਾ ਦੋ ਪੁਰਾਣੀਆਂ ਥਾਰਾਂ ਨਾ ਦੋਵਾਂ ਪੁਰਾਣੀ ਥਾਰਾਂ ਟੋਜਨ ਪਾ ਕੇ ਵੇਖੀਏ ਹੈ ਫਿਰ ਆਉਣਾ ਸਵਾਲ ਬਾਕੀ ਸਰਪੰਚ ਕਹਿੰਦਾ ਧੱਕਾ ਅਤੇ ਹਾਰਿਆ ਵੀ ਧੱਕੇ ਕਰਕੇ ਹੀ ਆਓ ਤੁਹਾਨੂੰ ਸਹੀ ਗੱਲ ਆ ਸਰ ਜੇ ਉਹ ਸਹਿਜੇ ਸਹਿਜੇ ਕਿਤੇ ਕਲੱਚ ਛੱਡਦਾ ਸਹਿਜੇ ਸਹਿਜੇ ਜ਼ੋਰ ਬਣਾਉਂਦਾ ਟਰੈਕਟਰ ਗਾੜੀ ਕੀ ਚੀਜ਼ ਆ ਹੈ ਨਾ ਬਾਕੀ ਗੱਲ ਡਰਾਈਵਰ ਦੀ ਹੁੰਦੀ ਆ ਮੈਨੂੰ ਪਤਾ ਨਹੀਂ ਪਰ ਜਿਹੜੀ ਤੁਸੀਂ ਚੀਜ਼ ਦੱਸਤੀ ਨਾ ਲੈ ਬਈ ਮਤਰਾ ਗੱਲ ਏਦਾਂ ਆ ਗੱਲ ਬਣ ਗਈ ਜੇ ਆਹ ਫਾਇਦਾ ਜੇ ਮੇਰੇ ਭਰਾਵਾਂ ਦਾ ਮੇਰਾ ਸੋਚਦੇ ਆ ਮਨਾਂ ਦੇ ਦੋਜੀ ਗਏ ਬਾਜ਼ਾਰ ਇਹਨਾਂ ਨੂੰ ਮੈਂ ਲੈਣ ਕੇ ਲੈ ਕੇ ਪਰਨੇ ਲੈ ਗਿਆ ਉਹ ਦੋ ਹੋਰ ਕਲਰ ਦੇ ਕੀ ਆ ਵਾ ਬੜਾ ਹੋਰ ਗੱਲ ਕੋਈ ਨੀ ਹੋਰ ਪਤ ਕੀ ਹਾਲ ਆ ਠੀਕ ਠਾਕ ਜੀ ਹੈਂ ਚੱਲ ਚਲੀ ਘਰੇ ਕੋਈ ਗੱਲ ਨੀ ਯਾਰ ਮੇਰੇ ਕਰਮਾਂ 'ਚ ਨਹੀਂ ਹੈਗੀ ਜਿਹੜੀ ਕਰਮਾਂ 'ਚ ਨਾ ਹੋਵੇ ਉਹਨੇ ਖਾਧੀ ਜਾਂਦੀ ਹੁੰਦੀ ਕਿਉਂ ਦੂਜੀ ਆ ਜੀਤ ਕਰਦਾ ਇਹਦੇ 'ਚ ਕੋਈ ਸ਼ੱਕ ਨਹੀਂ ਆ ਜੀਤ ਬਹੁਤ ਕਰਨ ਡਿਆ ਵਾ ਮੂੰਹ 'ਚ ਪਾਣੀ ਆਇਆ ਪਿਆ ਵਾ ਪਰ ਨਹੀਂ ਖਾਧੇ ਜਾਣੇ ਯਾਰ ਫਾਰਮ 'ਚ ਤਾਂ ਬੰਦੇ ਮੋਸੇ ਵਾਲੇ ਰਹਿੰਦੇ ਆ ਤੇ ਗੱਲ ਕਰਦੀ ਵੀਰ ਨੇ ਬੜਾ ਸੋਹਣਾ ਕਮੈਂਟ ਕੀਤਾ ਉਹਦਾ ਜਵਾਬ ਦੇਣਾ ਆਪਾਂ ਮਤਲਬ ਕਿ ਜ਼ਰੂਰੀ ਉਹਦਾ ਜਵਾਬ ਦੇਣਾ ਬਹੁਤ ਜ਼ਿਆਦਾ ਹੈ ਨਾ ਉਸ ਚੀਜ਼ ਤੋਂ ਬੜਾ ਕੁਛ ਸਿੱਖਣ ਨੂੰ ਮਿਲਣਾ ਆਹ ਕੈਮਰਾ ਫੜ ਮਾੜਾ ਇੱਦਾਂ ਵੇਖ ਭਲਾ ਮੇਰੀ ਵੀਡੀਓ ਸਾਫ਼ ਹੋ ਗਈ ਦੇਖਦਾ ਦਿਖਦਾ ਗੱਲ ਸੁਣਨੀ ਚਾਹੀਦੀ ਆ ਉਸਤਾਦ ਜੀ ਬੁੱਗਾ ਤੁਹਾਡਾ ਦੇਖ ਹੀ ਜਾਣਾ ਜਿੱਥੇ ਮਰਜ਼ੀ ਇਹੋ ਜਿਹੀ ਗੱਲ ਨੂੰ ਸਕਿੱਪ ਨਾ ਕਰਿਆ ਕਰੋ ਮੇਰੇ ਭਰਾ ਬੜੀ
ਜ਼ਿੰਦਗੀ ਦੇ ਤਜਰਬੇ ਚੋਂ ਗੱਲ ਮੈਂ ਤੁਹਾਨੂੰ ਦੱਸਦਾ। ਉਹ ਬਾਈ ਕੱਲ੍ਹ ਵਾਲੇ ਵਲੋਗ 'ਚ ਆਪਾਂ ਗੱਲਾਂ ਨਹੀਂ ਕੀਤੀਆਂ ਸੀ, ਉਹ ਬਾਈ ਕਹਿੰਦਾ ਕਹਿੰਦਾ ਯਾਰ ਆਹ ਵਾਲੇ ਵਲੋਗ 'ਚ ਤੂੰ ਗੱਲਾਂ ਬੜੀਆਂ ਵਧੀਆ ਕੀਤੀਆਂ ਵਾ, ਬੜੀਆਂ ਸਹੀ ਗੱਲਾਂ ਅਤੇ ਸੱਚੀਆਂ ਗੱਲਾਂ ਕੀਤੀਆਂ, ਅਤੇ ਕਹਿੰਦਾ ਮੈਂ ਇੰਨਾ ਸੀਰੀਅਸ ਹੋ ਕੇ ਸੁਣਿਆ ਸੁਣਨ ਲੱਗਾ, ਅਤੇ ਮੈਂ ਕਦੇ ਕਦੇ ਸੋਚਦਾ ਵਾਂ ਤੁਹਾਨੂੰ ਮੈਂ ਰੱਬ ਹੀ ਨਾ ਮੰਨ ਬੈਠਾ। ਜਾਣ ਮੇਰੀ ਹੈ ਸਾਰੇ ਭਰਾ ਜੇ ਮੇਰੇ, ਕੁਝ ਮੇਰੇ ਤੋਂ ਵੱਡੇ ਕੁਝ ਮੇਰੇ ਤੋਂ ਛੋਟੇ ਆ, ਜਿਹੋ ਜਿਹਾ ਯੁੱਗ ਚੱਲਣ ਡਿਆ ਨਾ, ਕਿਸੇ ਨੂੰ ਰੱਬ ਮੰਨਣ ਦੀ ਗਲਤੀ ਨਾ ਕਰਿਓ, ਠੀਕ ਹੈ। ਖਾਸ ਕਰਕੇ ਇਨਸਾਨ ਨੂੰ, ਆਪਾਂ ਸਾਰੇ ਇਨਸਾਨ ਆ, ਰੱਬ ਨਹੀਂ ਆ। ਚੰਗੀਆਂ ਗੱਲਾਂ ਕਰਨ ਵਾਲਾ ਕੋਈ ਰੱਬ ਨਹੀਂ ਬਣ ਜਾਂਦਾ। ਜੇ ਮੈਂ ਵਲੋਗ 'ਚ ਦੋ ਚਾਰ ਗੱਲਾਂ ਚੰਗੀਆਂ ਕਰ ਦਿੰਦਾ ਵਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਬਾਹਲਾ ਚੰਗਾ ਜਾਂ ਬਾਹਲਾ ਮੈਂ ਮਤਲਬ ਕਿ ਹੈਗਾ ਵਾ, ਮਤਲਬ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਆਪਣੇ ਮੂੰਹ ਸ਼ਬਦ। ਪਤਾ ਕੀ ਹੁੰਦਾ ਵਾ, ਅੱਜ ਕੱਲ੍ਹ ਆਪਾਂ ਕਈ ਵਾਰ ਕਰਦੇ ਕਿ ਆਪਾਂ ਨੂੰ ਆਪਣੇ ਬਾਹਲਾ ਬੰਦਾ ਚੰਗੀਆਂ ਗੱਲਾਂ ਦੱਸਦਾ ਨਾ, ਆਪਾਂ ਸੋਚਦੇ ਯਾਰ ਇਹ ਤੋਂ ਚੰਗਾ ਬੰਦਾ ਹੀ ਨਹੀਂ ਹੈ, ਇਹਨੂੰ ਰੱਬ ਨਾ ਬਣਾ ਲਈਏ। ਸਹੀ ਆ, ਆਪਾਂ ਉਹਨੂੰ ਬੜਾ ਕੁਛ ਮੰਨਣ ਡਿਆ ਪੈਂਦੇ ਹਾਂ। ਇਸ ਚੀਜ਼ ਤੋਂ ਮੇਰੇ ਭਰਾ ਦੂਰ ਰਿਹਾ ਕਰੋ, ਦੁਨੀਆ ਬੜੀ ਕੁੱਤੀ ਜੇ, ਬਚੋ ਜਿੰਨਾ ਬਚਿਆ ਜਾਂਦਾ ਵਾ, ਹੈ ਨਾ। ਜਿੰਨੀ ਠੱਗੀ ਇਹਨਾਂ ਚੀਜ਼ਾਂ ਦੇ ਨਾਂ 'ਤੇ ਵੱਜਦੀ ਆ ਨਾ, ਉਨੀ ਕਿਸੇ ਚੀਜ਼ 'ਤੇ ਵੀ ਨਹੀਂ ਵੱਜਦੀ, ਹੈ ਨਾ। ਸਭ ਤੋਂ ਸੌਖੀ ਠੱਗੀ ਮਾਰਨੀ, ਆਹ ਤਿੰਨ ਚਾਰ ਗੱਲਾਂ ਤਾਂ ਆਮ ਹੀ ਹੁੰਦੀਆਂ, ਦਿਲ ਦੀ ਗੱਲਾਂ ਕਿਹਨੂੰ ਦੱਸਿਆ ਕਰ। ਤੇਰੇ ਹੱਥ ਦੀ ਆਹ ਲੈਣ ਮੰਗੀ, ਤੇਰੀ ਹੱਥ ਦੀ ਆਹ ਲੈਣ ਮੰਗੀ, ਅਤੇ ਤੇਰਾ ਆਹ ਆਹ ਉੱਦਾਂ ਅਤੇ ਆਹ ਇੱਦਾਂ ਵਾ, ਬਚੋ। ਕਿਉਂਕਿ ਪੈਰ ਪੈਰ 'ਤੇ ਤੁਹਾਨੂੰ ਠੱਗਣ ਵਾਲੇ ਮਿਲਣੇ ਆ, ਹੈ ਨਾ। ਕਿਸੇ ਕੋਈ ਨਹੀਂ ਇੱਥੇ ਚਾਹੁੰਦਾ ਕਿ ਕੋਈ ਕਿਸੇ ਦਾ ਸੂਤਰ ਆ ਜੇ, ਹੈ ਨਾ। ਜੇ ਕਿਸੇ ਦਾ ਸੂਤਰ ਆਇਆ ਵੀ ਤਾਂ ਉਹ ਹੀ ਲੱਪਾਂ ਖਿੱਚਣ ਦਿੰਦੇ ਆ, ਹੈ ਨਾ। ਤਾਂ ਕਰਕੇ ਇੱਕ ਰੱਬ ਜਿਹੜਾ ਹੈਗਾ ਉਹਨੂੰ ਹੀ ਮੰਨਣਾ। ਆਪਣੇ ਦਸਮ ਪਿਤਾ ਨੇ ਆਪਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਰੱਬ ਮੰਨਣਾ, ਅਤੇ ਉਸ ਤੋਂ ਬਾਅਦ ਵੀ ਜੇ ਆਪਾਂ ਕਿਸੇ ਇਨਸਾਨ ਨੂੰ ਰੱਬ ਬਣਾਵਾਂਗੇ, ਪੂਜਾਂਗੇ, ਤਾਂ ਮੇਰੇ ਸਾਹਿਬ ਤੋਂ ਵੱਡਾ ਮੂਰਖ ਕੋਈ ਨਹੀਂ ਆ। ਅਤੇ ਸਭ ਤੋਂ ਮੇਨ ਗੱਲ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਸਾਰੇ ਧਰਮਾਂ ਦਾ, ਨਹੀਂ ਕਿਸੇ ਨੂੰ ਸਿਰ ਝੁਕਾਉਣਾ ਕੋਈ ਗੱਲ ਨਹੀਂ, ਪਰ ਨਮਸਕਾਰ ਤਾਂ ਆਪਾਂ ਕਰ ਸਕਦੇ ਹਾਂ। ਆਪਾਂ ਆਪਣੇ ਮਾਂ ਪਿਓ ਦੀ ਇੱਜ਼ਤ ਕਰਦੇ ਹਾਂ, ਅਤੇ ਚਾਚੇ ਚਾਚੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਆਪਣਾ ਫਰਜ਼ ਬਣਦਾ, ਠੀਕ ਹੈ। ਜੇ ਆਪਾਂ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ, ਤਾਂ ਦੂਜੇ ਧਰਮਾਂ ਦਾ ਇਹ ਨਹੀਂ ਕਿ ਉਹਨਾਂ ਦਾ ਨਿਰਾਦਰ ਕਰਨਾ, ਉਹਨਾਂ ਦਾ ਸਤਿਕਾਰ ਕਰਨਾ, ਠੀਕ ਆ। ਕਿਉਂਕਿ ਪਰਮਾਤਮਾ ਇੱਕ ਹੀ ਆ, ਗਾੜੀਏ ਥੱਲੇ ਜਿਹੜੇ ਆਪਣੇ ਰਿਸ਼ਤੇਦਾਰ ਆ ਨਾ, ਜਿਹੜੇ ਗਾਂ ਦੀਆਂ ਹੈਗੇ, ਉਹਦੇ ਰੂਪ ਆ ਸਾਰੇ, ਹੈ ਨਾ। ਗਾਂ ਕਿਉਂਕਿ ਇੱਕ ਬੰਦੇ ਦੀ ਡਿਊਟੀ ਲਾਈ ਹੁੰਦੀ ਰੱਬ ਨੇ, ਅਤੇ ਆਪਾਂ ਸਾਰੇ ਇੱਕੇ ਪਾਸੇ ਚਲ ਗਏ, ਕਿੰਨੀ ਭੀੜ ਪੈ ਜਾਣੀ। ਤਾਂ ਕਰਕੇ ਥਾਂ ਥਾਂ ਧਰਮ ਵੰਡੇ, ਧਰਮ ਬਣਾਏ ਆ, ਇਹ ਚੀਜ਼ਾਂ ਤਾਂ ਕਰਕੇ ਆ। ਪਰਮਾਤਮਾ ਇੱਕ ਹੀ ਆ, ਗੱਲ ਆਪਣੀ ਉਸ ਤੱਕ ਪਹੁੰਚ ਹੀ ਜਾਣੀ ਆ, ਅਕਾਲ ਪੁਰਖ ਤੱਕ, ਠੀਕ ਆ। ਅਤੇ ਸਿਆਣੇ ਬਣੋ, ਕਿ ਬੰਦੇ ਨੂੰ ਰੱਬ ਨਹੀਂ ਮੰਨਣਾ, ਇਹ ਗਲਤੀ ਨਾ ਕਰਿਓ। ਮੈਂ ਵੀ ਜ਼ਿੰਦਗੀ 'ਚ ਬੜੀਆਂ ਗਲਤੀਆਂ ਕੀਤੀਆਂ, ਤਾਂ ਤੁਹਾਨੂੰ ਕਹਿੰਦਾ, ਠੀਕ ਹੈ। ਚੱਲ ਮਾਨੇ ਚੱਲੀਏ, ਕਰ ਲੈਣੀ ਸਟਾਰਟ ਆਪਣੀ। ਓਕੇ ਬੋਸ, ਜ਼ਿੰਦਗੀ 'ਚ ਹੋਈਆਂ ਨਾ ਚੀਜ਼ਾਂ, ਤਾਂ ਗਲਤੀ ਕਹਿੰਦੇ ਕੀ ਪੁੱਛਣੀ ਚੱਲਦਾ। ਮੈਂ ਜੇ ਮਤਲਬ ਤੂੰ ਮੈਨੂੰ ਗੱਲ ਪੁੱਛੇ ਕੋਈ, ਤਾਂ ਹੋ ਸਕਦਾ ਉਹਦੇ ਨਾਲ ਕਿਸੇ ਦਾ ਵੀ ਕੋਈ ਚੰਗਾ, ਤੈਨੂੰ ਪਿਆਰ ਕਰਨਾ ਚਾਹੀਦਾ ਕਿ ਵਿਸ਼ਵਾਸ ਕਰਨਾ ਚਾਹੀਦਾ ਪਹਿਲਾਂ। ਇਹ ਯਾਰ ਬੜਾ ਕੁੱਤਾ ਸਵਾਲ ਪੁੱਛ ਲਿਆ ਤੂੰ, ਨਹੀਂ ਤਾਂ ਜਵਾਬ ਪਿਆਰ ਕਰਨਾ ਚਾਹੀਦਾ ਕਿ ਵਿਸ਼ਵਾਸ ਕਰਨਾ। ਮੈਂ ਦੱਸਦਾ ਯਾਰ, ਵਿਸ਼ਵਾਸ ਆਪਣੀ ਜਗ੍ਹਾ ਵਾ, ਪਿਆਰ ਆਪਣੀ ਜਗ੍ਹਾ ਵਾ, ਵਿਸ਼ਵਾਸ ਕਰਨਾ ਚਾਹੀਦਾ ਬੰਦੇ ਨੂੰ ਪਹਿਲਾਂ। ਜੇ ਵਿਸ਼ਵਾਸ ਹੀ ਟੁੱਟ ਗਿਆ ਤਾਂ ਫੇਰ ਤੇਰੇ ਨਾਲ ਮੈਂ ਪਿਆਰ ਕਿੱਦਾਂ ਕਰੂੰਗਾ। ਹਾਂ ਇਹ ਵੀ ਗੱਲ ਹੈ, ਤੂੰ ਤੇ ਸਵਾਲ ਛੱਡਾ, ਪਿਆਰ ਤੇ ਬਾਅਦ ਚ ਹੁੰਦਾ ਨਾ, ਜੇ ਤੈਨੂੰ ਯਕੀਨ ਹੋ ਗਿਆ ਤੈਨੂੰ ਪਿਆਰ ਆਪਣੇ ਆਪ ਹੋਏਗਾ। ਓਏ ਮੈਂ ਤਾਂ ਕਹਿਣ ਦੇਣਾ, ਜੇ ਤੈਨੂੰ ਯਕੀਨ ਹੋ ਗਿਆ ਨਾ, ਤੇਰਾ ਪਿਆਰ ਆਪਣੇ ਆਪ ਗੂੜਾ ਹੁੰਦਾ ਜਾਣਾ ਯਾਰ, ਹੈ ਨਾ। ਜੇ ਤੈਨੂੰ ਯਕੀਨ ਨਾ ਆਇਆ ਤੇ ਤੇਰਾ ਪਿਆਰ ਕਿੱਥੋਂ, ਮਤਲਬ ਤੈਨੂੰ ਯਕੀਨ ਨਹੀਂ ਆ, ਤੈਨੂੰ ਇਹ ਸ਼ੱਕ ਪੈਣ ਡਿਆ ਕਿ ਮੇਰੀ ਨਾਲ ਦੀ ਮੈਂ ਇੱਥੇ ਹਾਂ ਤੂਰ ਕੇ ਨਾ ਗੱਲ ਕਰਨ ਡਈ ਆ, ਤੇ ਤੈਨੂੰ ਪਿਆਰ ਕਿੱਥੋਂ ਹੋ ਜੂ ਉਹਦੇ ਨਾਲ। ਬਾਬਾ ਤੇਰੇ ਪੁੱਠੀਆਂ ਗੱਲਾਂ ਤੂੰ ਕਰਦਾ ਵਾ, ਠੰਡ ਦਾ ਕਿੱਥੇ ਗੱਲ ਆ ਗਈ, ਕੁਝ ਨੀ ਕਿਹਾ। ਆਹ ਵੇਖ ਲੋ ਰਾਣੀਏ, ਚਲੀਏ ਘਰ ਨੂੰ,
ਜਾ ਕੇ ਡਾਇਟ ਸ਼ਾਇਟ ਖਾਈਏ। ਪ੍ਰਧਾਨ ਵੀ ਡੀਕਣ ਲਿਆਣਾ ਕਿ ਢਿੱਲੋ ਕਦੋਂ ਆਵੇ, ਹੈ ਬਾਹਲਾ ਚਾਅ ਕਰਦਾ ਗੁਰੂ ਜਦੋਂ ਖਾ ਸਕਦੇ ਬਾਹਰੋਂ ਆਈਦਾ ਨਾ ਗੱਡੀ ਗੁੱਡੀ ਲੈ ਕੇ ਜਦੋਂ ਆਈਦਾ ਘਰੇ ਜਾਈਦਾ ਉਦੋਂ ਉਦੋਂ ਬੜਾ ਭੌਂਕਦਾ ਕਿ ਨਾਲ ਲੈ ਜਾਓ ਮੈਨੂੰ ਲੈ ਬਈ ਮਿੱਤਰਾ ਪਹੁੰਚ ਗਈ ਯਾਰ ਨੀ ਗਰਕੋ ਤੇ ਮਨੇ ਖੋਲੋ ਗੇਟ ਪ੍ਰਧਾਨ ਨੀ ਮੰਦਰ ਨੂੰ ਤੰਗ ਕਰੀ ਜਾਂਦਾ ਜੀ ਆ ਜਾ ਪੁੱਤ ਆ ਜਾ ਆ ਜਾ ਆ ਜਾ ਮੇਰਾ ਪੁੱਤ ਹਾਂ ਪੁੱਤ ਆ ਗਏ ਜੀ ਹਾਂਜੀ 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 ਚੱਲ ਮੇਰਾ ਪੁੱਤ ਚੱਲ ਚਲੀ ਜਾਂਦਾ ਫਿਰ ਚੱਲ ਚਲੀ ਦੱਸਦਾ ਨੀ ਚੱਲ ਚਲੀ ਹੁੰਦਾ ਮੈਂ ਆ ਗਿਆ ਹੁੰਦਰ ਵੀ ਮਿਲਣਾ ਜਿੱਦਾਂ ਨਹਾਈ ਕਰੇਗਾ ਉਦੋਂ ਦੂੰਗਾ ਬੂਟਾ ਦੱਸਦਾ ਨੀ ਚੱਲ ਪਰੋ ਚੱਲ ਚਲੀਏ ਚੱਲ ਚਲੀ ਮੇਰੇ ਪੁੱਤ ਚੱਲ ਚਲੀਏ ਚੱਲ ਜਾ ਚੱਲ ਆ ਜਾ ਚੱਲ ਚਲੀ ਕੋਈ ਖੁੜੀ ਲੱਗੀ ਖੁਸ਼ੀ ਪਰੋ ਮੇਰੇ ਪੁੱਤ ਪਰੋ ਇੱਧਰ ਚੱਲ ਆ ਜਾ ਚੂਰ ਚੂਰ ਕਰਨੀ ਹੈ ਬੜਾ ਇੱਦਾਂ ਬਾਲ ਦੋ ਥੋੜਾ ਸੇਰ ਵਾਲੇ ਪਾਸੇ ਥੋੜਾ ਸੇਰ ਵਾਲੇ ਪਾਸੇ ਥੋੜਾ ਚਲਾਉਂਦਾ ਵਾ ਚੱਲ ਭੰਨੀ ਜਾ ਲੱਕੜਾਂ ਭੰਨ ਲੈ ਦੂਜੀ ਚਾਲ ਚ ਮਾਰਿਆ ਹੁਣ ਮੈਂ ਕਹਿਣਾ ਨੀ ਤੋੜ ਤੋੜ ਇੱਟਾਂ ਤੋੜਨ ਨੂੰ ਨੀ ਆਖਿਆ ਪਵਾ ਤੋੜਾ ਵਾ ਨਹੀਂ ਟੁੱਟਣਾ ਤੁਹਾਡੇ ਕੋਲ ਛੱਡੋ ਪਰਾਂ ਏਦਾਂ ਰੱਖ ਦੋ ਉੱਤੇ ਸਾਰੀ ਰਾਤ ਅੱਗ ਸਿੱਕਣੀ ਆਪਾਂ ਇੱਥੇ ਲੱਛਣ ਕਰਦਾ ਤੁਸੀਂ ਮੰਨੇ ਦੱਸ ਨਹੀਂ ਟੁੱਟਣਾ ਤੂੰ ਰੱਖਿਆ ਥੱਲੇ ਪੋਲਾ ਥਾਂ ਇਦਾਂ ਟੁੱਟ ਜੂ ਇੱਟ ਤੇ ਰੱਖ ਨੂੰ ਨਹੀਂ ਗੱਲ ਬਣੀ ਤੁਹਾਡੇ ਕੋਲ ਬੜੂ ਹੁਣ ਲੱਗ ਜੂ ਬੜੂ ਖਰਾਬ ਬੇਤੀ ਹੋਣ ਦੀ ਕੀ ਕਰਦਾ ਵਾ ਹਸਾਈ ਨਾ ਉਹ ਜੱਜੀ ਹੱਸਿਆ ਕੀ ਹੁੰਦਾ ਦਵਾਰ ਦਿੱਤੇ ਵਜਣਾ ਉਹਦੇ ਚੱਲ ਓਏ ਫੇਰ ਨਹੀਂ ਸੂਤਰ ਜੇ ਲੈ ਫੇਰ ਮਿੱਟੀ ਰਾਤਾ ਉਹਦੇ ਫੋਨ ਭਾਣੇ ਕਿਹੜਾ ਲਈ ਆ ਤੇਰਾ ਗੁਰੂ ਆ ਤੇਰੇ ਨਾਲ ਦੀ ਲੋਕ ਕੀ ਕਰਨ ਦਿਆ ਡੈਡੀ ਉਹ ਡੈਡੀ ਕਰਨ ਦਿਆ ਪਪਾ ਦਾ ਫੋਨ ਆ ਗਿਆ ਪਪਾ ਦਾ ਮੈਂ ਹੋਰ ਕੋ ਕਹਦੇ ਲੱਗਾ ਪਹਿਲਾਂ ਪਪਾ ਦਾ ਫੋਨ ਆ ਗਿਆ ਪਪਾ ਦਾ ਮੈਂ ਹੱਥ ਪਰਾਂ ਕਰ ਲਾ ਸਰਪੰਚ ਦਾ ਨਹੀਂ ਪਤਾ ਮੈਂ ਇਹਦੀ ਕੋਈ ਗਰੰਟੀ ਨਹੀਂ ਆਵੇ ਸੇਰ ਵਾਲੇ ਪਾਸੇ ਉਸਤਾਦ ਥੋੜਾ ਚਲਾਉਂਦਾ ਇੱਧਰ ਮਗਰ ਮਾਰਦਾ ਜਾਣਾ ਇੱਧਰ ਮਾਰ ਰਿਹਾ ਮੇਰੀ ਗੱਲ ਸੁਣ ਹੱਚ ਫਸਾ ਕੇ ਨਾ ਪਰਾਂ ਆ ਜਾ ਉਹ ਨਹੀਂ ਹੱਥ ਵਾਜੂਗਾ ਇੱਧਰ ਦੇਖੋ ਉਹ ਹੱਥੇ ਵਾਜੂ ਸੁਣ ਜਾ ਮੇਰੀ ਗੱਲ ਸੁਣ ਅੱਗੇ ਤਾਂ ਕੋਈ ਕਰਦੇ ਨਹੀਂ ਸਾਰਾ ਦਿਨ ਹੱਥੇ ਵਾਜ ਉਹ ਰਹਿਣ ਦੇ ਯਾਰ ਰਹਿਣ ਦੇ ਨਾ ਕਰੋ ਉਹ ਨਹੀਂ ਉਹ ਟੁੱਟ ਗਿਆ ਅੱਗੇ ਸ਼ੁਕਰੇ ਭਰਾਵਾ ਸ਼ੁਕਰ ਕੁੜੀ ਹੋਵਾ ਤੂੰ ਵੀ ਟੁੱਟਣ ਨਹੀਂ ਦਿਆ ਅੱਜ ਹੁਣ ਨਹੀਂ ਬੜਾ ਇੱਕ ਪੀਂ ਚੱਕਰ ਦੇ ਵਿੱਚ ਉਹਨਾਂ ਨੇ ਕੁੜੀ ਹੱਥ ਬਣਾ ਕੇ ਬਹਿਣ ਆਜੋ 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 ਅੱਜ ਸਿੱਖੀ ਵਾਲੇ ਗੱਲਾਂ ਪਤਾ ਮਾਰਦੇ ਆ ਵੇਲੋ ਕੰਮੇ ਦੇ ਪੁੱਤਰ ਲੈ ਹਾਂ ਲੈ ਹਾਂ ਦੱਸ ਕੀ ਗੱਲ ਹੈ ਹਾਂ ਲੈ ਇੱਥੇ ਮੇਰਾ ਪੁੱਤ ਚੁੱਪ ਕਰਕੇ ਬਹਿ ਜਾ ਬੰਦੇ ਪੁੱਤਾਂ ਨੂੰ ਅੱਗ ਸਿੱਕਣੀ ਤੇ ਠੀਕ ਹੈ ਖਰਾਬੀ ਨਹੀਂ ਕਰਨੀ ਕੱਪੜੇ ਨਹੀਂ ਗੰਦੇ ਕਰਨੇ ਠੀਕ ਹੈ ਬਹਿ ਜਾ ਮੇਰਾ ਪੁੱਤ ਜੁੱਟਿਆ ਮੇਰਾ ਵੀ ਮਿੱਤਰਾ ਇਹਦੇ ਡਾਈਟਾਂ ਤਿਆਰ ਹੋਣਗੀਆਂ ਪ੍ਰਧਾਨ ਤੇਰੀ ਤਿਆਰ ਹੋਣ ਦੀ ਡਾਈਟ ਬਹਿ ਜਾ ਮੇਰਾ ਪੁੱਤ ਇੱਥੇ ਬਹਿ 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 ਜਾ ਬਾਹਰ ਅੱਠ ਰੋਟੀਆਂ ਤੇ ਚਾਰ ਪੰਜ ਅੰਡੇ ਉਹ ਏਦਾਂ ਨੀ ਨਾ ਪਾਏਗਾ ਪੰਜ ਹੁਣ ਗਰਮੀ ਬਹੁਤ ਬਣਾਉਂਦਾ ਤੇਰੇ ਸਾਹਮਣੇ ਮੇਰੇ ਸਾਹਮਣੇ ਡਾਇਟ ਆਪਣੀ ਜਿਹੜੀ ਇਹਦੀ
ਹੈਂ ਦੋਵਾਂ ਬੰਦੇ ਦੀ ਡਾਇਟ ਖਾਣ ਡਿਆ ਨੂੰ ਤਾਂ ਜੇ ਵੀ ਪੁੱਤ ਅੰਦਰ ਬਹਿੰਦਾ ਵਾ ਬੜੀ ਗਲਤ ਗੱਲ ਆ ਅਤੇ ਹੋਰ ਨਾ ਤੂੰ ਅੰਦਰ ਨਾ ਤੂੰ ਬਾਹਰ ਹੈਂ ਇਹਨੂੰ ਪਤਾ ਸਰਪੰਚ ਨੇ ਮਾਰਨਾ ਦਬਕਾ ਤੇ ਵੇਖੀ ਸਰਪੰਚ ਵਾਲਿਆਂ ਦੇ ਵੇਖੀ ਕਰੀ ਸਰਪੰਚ ਕਹੀ ਮਾੜਾ ਉੱਧਰ ਉੱਧਰ ਨਾ ਨਹੀਂ ਇਹ ਗੱਲ ਸਿੱਖ ਇਹ ਗੱਲ ਸਿੱਖ ਗਿਆ ਹੌਲੀ ਹੌਲੀ ਉਹ ਨਹੀਂ ਨਹੀਂ ਪਤਾ ਲੱਗਣਾ ਜੇ ਸਿਖਾਵਾਂਗੇ ਤਾਂ ਫਿਰ ਸਿੱਖੂਗਾ ਨਾ 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 ਯਾਰ ਮੂੰਹ ਵਿੱਚ ਆ ਜੇ ਮੈਨੇ ਮਾਲਿਸ਼ ਕਰਦੇ ਚੰਗਾ ਵੀ ਮਿੱਤਰੋ ਮਿਲਦੇ ਹਾਂ ਕੱਲ੍ਹ ਨਵੇਂ ਵਲੋਗ ਦੇ ਨਾਲ ਅਤੇ ਬੰਦਿਆਂ ਨਾਲ ਸਾਡੀ ਸਲਾਹ ਵੀ ਹੁਣ ਕੱਲ੍ਹ ਵਲੋਗ ਕਿਹੜਾ ਬਣਨਾ ਕੱਲ੍ਹ ਪੀਣੀ ਸ਼ਰਦਾਈ ਥੋੜ੍ਹਾ ਵਿੱਚ ਪਾਵਾਂਗੇ ਰਗੜਾ ਥੋੜ੍ਹਾ ਜਿਹਾ ਕੱਲ੍ਹ ਐਤਵਾਰ ਹੈ ਨਾ ਠੀਕ ਹੈ ਥੋੜ੍ਹਾ ਜਿਹਾ ਪਾ ਲਈਏ ਕੱਲ੍ਹ ਹੈਂ ਪਾਲਾਂਗੇ ਜੇ ਥੋੜ੍ਹਾ ਪਾਉਣਾ ਫਿਰ ਬਣਾਉਣੀ ਗੱਲ ਜੇ ਨਹੀਂ ਪਾਉਣਾ ਜੇ ਤੁਸੀਂ ਜ਼ਿਆਦਾ ਪਾਉਣਾ ਤਾਂ ਫਿਰ ਨਹੀਂ ਆਪਾਂ ਪੀਣਾ ਥੋੜ੍ਹਾ ਪਾਵਾਂਗੇ ਹੈਂ ਨੋਰਮਲ ਜਿਹਾ ਠੀਕ ਹੈ ਮੰਨੇ ਲਓ ਵੀ ਕੱਲ੍ਹ ਰਗੜੇ ਵਾਲਾ ਵਲੌਗ ਆਊਗਾ ਤਾਂ ਥੋੜ੍ਹਾ ਵਿੱਚ ਪਾਵਾਂ ਪਾਵਾਂਗੇ ਰਸਤ ਜੀ ਹੈਨਾ ਸੁੱਕੀ ਰਸ ਥੋੜ੍ਹੀ ਫਲ ਕਰ ਦੂੰਗਾ ਠੀਕ ਹੈ ਲੈ ਕੁਛ ਨਹੀਂ ਹਾਲ ਤੁਹਾਡਾ ਗੁਰੂ ਆ ਇੱਦਾਂ ਨਾ ਕਰਾਂਗੇ ਹੈਂ ਮੂੰਹ ਵੱਡਾ ਵਾਹਵਾਂ ਬਰਾਸ਼ਾਂ ਕੱਢੀਆਂ ਚੰਗਾ ਵੀ ਮਿੱਤਰੋ ਬਾਏ ਬਾਏ ਮਿਲਦੇ ਹਾਂ ਕੱਲ੍ਹ ਨਵੇਂ ਵਲੌਗ ਦੇ ਨਾਲ ਅਤੇ ਕੱਲ੍ਹ ਤੁਹਾਨੂੰ ਵਲੌਗ ਮੈਂ ਪਹਿਲਾਂ ਦੱਸਤਾ ਜੀ ਕੱਲ੍ਹ ਅਸੀਂ ਕਿਹੜਾ ਬਣਾਉਣਾ ਅਤੇ ਪਰਸੋਂ ਆਉਣਾ ਜੇ ਟੋਜਣ ਵਾਲਾ ਆਪਾਂ ਕਰਤਾ ਵਾ ਟੋਜਣ ਵਾਲਾ ਫਿਰ ਪਾਵਾਂਗੇ ਟੋਜਣ ਵਾਲਾ ਸਾਨੂੰ ਮਹਿੰਦੀ ਰਹਿਣਾ ਕੰਮ ਬਾਬਾ ਸੁੱਖ ਰੱਖੇ ਅਤੇ ਜਿਹੜੇ ਸਾਡੇ ਚੈਨਲ 'ਤੇ ਨਵੇਂ ਜੁੜੇ ਆ ਚੈਨਲ ਕੱਲ੍ਹ ਸਬਸਕ੍ਰਾਈਬ ਦੇ ਬੜੀ ਮਾੜੀ ਗੱਲ ਆ ਲੱਖ ਲੱਖ ਬੰਦਾ ਵਲੌਗ ਵੇਖਦਾ ਅਤੇ ਲਾਈਕ ਤੁਸੀਂ ਕਰਦੇ ਨਹੀਂ ਜੇ ਹੈਂ ਦੱਸਦੇ ਨਹੀਂ ਜੀ ਜੇ ਤੁਹਾਨੂੰ ਵਲੌਗ ਵੇਖ ਕੇ ਵਿਹਲਾ ਤਾਂ ਸਾਨੂੰ ਕਮੈਂਟ ਪੜ੍ਹ ਕੇ ਵਿਹਲਾ ਤਾਂ ਕਮੈਂਟ ਕਰਦਾ ਕਰੋ ਚੰਗਾ ਮਾੜਾ ਚੰਗਾ ਮਾੜਾ ਤਾਂ ਜਿਵੇਂ ਤੁਹਾਨੂੰ ਵਲੌਗ ਤੁਸੀਂ ਵੇਖਦੇ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗੀ ਆ ਉਹ ਦੱਸਦਿਆ ਕਰੋ ਕੋਈ ਮਾੜੀ ਲੱਗੀ ਉਹ ਵੀ ਦੱਸਦਿਆ ਕਰੋ ਬਾਈ ਆਹ ਚੀਜ਼ ਇੱਦਾਂ ਵਾ ਹੈਂ ਅਤੇ ਜੇ ਕੋਈ ਚੀਜ਼ ਚੰਗੀ ਲੱਗਦੀ ਹੱਸ ਖੇਡ ਲੈਂਦੇ ਹੁੰਦੇ ਜੇ ਉਹਨੂੰ ਅੱਗੇ ਸ਼ੇਅਰ ਕਰਦਿਆ ਕਰੋ ਕੋਈ ਸੱਜਣ ਹੋਰ ਵੀ ਹੱਸ ਖੇਡ ਲਵੇ 10 ਮਿੰਟ ਰੌਣਕ ਮੇਲਾ ਕਰ ਲਏ ਇਹੋ ਕੁਝ ਆ ਠੀਕ ਆ ਮੇਰੀ ਜਾਣ ਮਿਲਦੇ ਹਾਂ ਗੱਲ ਨਵੇਂ ਵਲੌਗ ਦੇ ਨਾਲ ਆ ਜਾ ਬਈ ਕਰੀਏ ਮਾਲਸ਼ ਆਪਾਂ ਸਿਰ ਦੀ ਆ ਜਾ